ਕਿ ਉਹ ਤਾਂ ਇੱਕ ਐਲਾਨ ਹੋਇਆ ਜਿਹੜਾ ਮੈਂ ਵੀ ਸੁਣਿਆ ਮੈਂ ਤੇ ਸਾਰਿਆਂ ਨੇ ਵੀ ਸੁਣਿਆ ਪਰ ਕੁਝ ਵੀ ਹੈ ਅੱਜ ਵਾਰੀ ਅਜੇ ਕੋਈ ਮੈਨੂੰ ਨਾ ਕੋਈ ਖਾਤ ਨਾ ਕੋਈ ਨੋਟੀਫਿਕੇਸ਼ਨ ਤੇ ਫਿਰ ਉਹ ਕਿੰਦਾ ਸਾਨੂੰ ਇੱਕ ਗੱਡੀ ਮਿਲੂਗੀ ਇੱਕ ਤੁਹਾਨੂੰ ਗਨਮੈਨ ਮਿਲੂਗਾ ਮੈਂ ਕਿਹਾ ਬਚ ਲੋ ਇਦਾਂ ਕਰੂ ਗਨਮੈਨ ਤਾਂ ਨਾ ਦਿਓ ਮੈਂ ਹੱਸਦਾ ਸੀ ਕਿ ਮੈਨੂੰ ਤੁਸੀਂ ਗਿਟਾਰ ਵਾਲਾ ਬੰਦਾ ਦੇ ਦਿਓ ਕੀ ਉਹ तू हमेशा ही हलीमी विचरते देखा कि बहुत ज्यादा गुस्से बोले होवो किसी लड़े होवो कद शायद जिन्हें लड़ा ओन याद होगा <laughs> 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 कुछ कहा तोरा जरेगा किमें ਚੁੱਪ ਰਹਾਂ ਤਾਂ ਸ਼ਮਾਦਾਨ ਕੀ ਕਹਿਣਗੇ ਦੋਸਤੋ ਜੇ ਮੈਂ ਇੰਨੀ ਹੀ ਸਤਰਾਂ ਬੋਲਾਂ ਤੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਸਮਝਾਂਗੇ ਮੈਂ ਕਿਸ ਦੀ ਗੱਲ ਕਰਨ ਲੱਗਾ ਹਾਂ ਮੇਰੀ ਮਰਾਦ ਪੰਜਾਬੀ ਦੇ ਉਸ ਸ਼ਾਇਰ ਤੋਂ ਆ ਜਿਸ ਨੇ ਪੰਜਾਬੀ ਗ਼ਜ਼ਲ ਨੂੰ ਉਸ ਬਲੰਦੀਆਂ ਤੇ ਪਹੁੰਚਾ ਦਿੱਤਾ ਹੈ ਜਿਸ ਤੋਂ ਅਗਾਹ ਜਾਣਾ ਨਵੇਂ ਗ਼ਜ਼ਲਕਾਰਾਂ ਲਈ ਚੈਲੰਜ ਆ ਚਲੋਤੀ ਹੈ ਅਲਵਾਜ ਪਾਤਰ ਸਾਹਿਬ ਨਾਲ ਗੱਲਾਂ ਕਰਦੇ ਆ ਕਿਉਂਕਿ ਜਿਉਂ-ਜਿਉਂ ਕੋਈ ਸ਼ਾਇਰ ਕੋਈ ਲੇਖਕ ਵੱਡਾ ਹੁੰਦਾ ਜਾਂਦਾ ਉਸ ਦੇ ਨਾਲ ਕਈ ਤਰ੍ਹਾਂ ਦੇ ਬਾਦ-ਗਿਵਾਦ ਵੀ ਜੁੜਦੇ ਜਾਂਦੇ ਨੇ ਅੱਜ ਬਹੁਤ ਸਾਰੇ ਜਿਹੜੇ ਬਾਦ-ਗਿਵਾਦ ਸਮੇਂ-ਸਮੇਂ ਉੱਠਦੇ ਆ ਕਿ ਪਾਤਰ ਚੁੱਪ ਹੋ ਗਿਆ ਪਾਤਰ ਸਥਾਪਤੀ ਨਾਲ ਗਿਆ ਜਾਂ ਇਹ ਹੋ ਗਿਆ ਉਹ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਵਾਰੀ ਅਸੀਂ ਪਾਤਰ ਸਾਹਿਬ ਨਾਲ ਖੁਦ ਗੱਲਾਂ ਕਰਾਂਗੇ ਖੁਦ ਉਹਨਾਂ ਕੋਲੋਂ ਜਵਾਬ ਲਵਾਂਗੇ ਪਾਤਰ ਸਾਹਿਬ ਤੁਹਾਡਾ ਸਵਾਗਤ ਆ ਜੀ ਸ਼ੁਕਰੀਆ ਕਲਵੀਰ ਬਹੁਤ ਬਹੁਤ ਸ਼ੁਕਰੀਆ ਤੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਪਾਤਰ ਸਾਹਿਬ ਅਸੀਂ ਅਲੱਗ ਜੀਆਂ ਗੱਲਾਂ ਕਰਨੀਆਂ ਉਹ ਗੱਲਾਂ ਕਿ ਜਿਹੜੀਆਂ ਸੋਸ਼ਲ ਮੀਡੀਆ ਤੇ ਆਉਣ ਨਾਲ ਜੀ ਸੋਸ਼ਲ ਮੀਡੀਆ ਤੇ ਕਹਿ ਲੋ ਕਿ ਬਹੁਤ ਸਾਰੀਆਂ ਗੱਲਾਂ ਉੱਠਦੀਆਂ ਪਾਤਰ ਤਾਂ ਚੁੱਪ ਹੋ ਗਿਆ ਪਾਤਰ ਸਥਾਪਤੀ ਨਾਲ ਗਿਆ ਜਾਂ ਇਹ ਹੋ ਗਿਆ ਹਮ ਮੇਰਾ ਪਹਿਲਾ ਹੀ ਸਵਾਲ ਆ ਹਮ ਕਿ ਪਾਤਰ ਸ਼ਾਇਰਾ ਪਦਮਸ਼ਰੀਆ ਜਾਂ ਕੋਈ ਕੈਬਨਿਟ ਰੈਂਕ ਦਾ ਮਿਨਿਸਟਰ ਜਿਵੇਂ ਕਿ ਸੋਸ਼ਲ ਮੀਡੀਆ ਕਹਿ ਰਿਹਾ ਹੂੰ ਅ ਇਸ ਤਰ੍ਹਾਂ ਕਿ ਮੈਂ ਜਦੋਂ ਦਾ ਵੀ ਯਾਨੀ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਮੈਨੂੰ ਬਹੁਤ ਪਿਆਰ ਵੀ ਮਿਲਿਆ ਤੇ ਜਿਵੇਂ ਕਹਿੰਦੇ ਵੀ ਕਦੇ ਫੁੱਲ ਮਿਲੇ ਕਦੇ ਪੱਥਰ ਵੀ ਮਿਲੇ ਹੂੰ ਸੋ ਇਹ ਸ਼ਾਇਦ ਹਰ ਕਵੀ ਦੇ ਹਿੱਸੇ ਆਉਂਦਾ ਹੋਵੇ ਤੋ ਜਿਵੇਂ ਹੌਣ ਜਿਹੜੀ ਨਵੀਂ ਬਹਿਸ ਸੈਨਸ ਸਰਕਾਰ ਕੀ ਮੈਂ ਕੈਬਨਟ ਮਨਿਸਟਰ ਸੋ ਉਹ ਆ ਕੇ ਉਹ ਤਾਂ ਇੱਕ ਐਲਾਨ ਹੋਇਆ ਜਿਹੜਾ ਮੈਂ ਵੀ ਸੁਣਿਆ ਮੈਂ ਤੇ ਸਾਰਿਆਂ ਨੇ ਵੀ ਸੁਣਿਆ ਤੇ ਬਾਤ ਜੇ ਵੀ ਰਿਹਾ ਕਿ ਵੀ ਕੈਬਨਟ ਮਨਿਸਟਰ ਦਾ ਅਹੁਦਾ ਹੈ ਕਿ ਰਤਵਾ ਹੈ ਹੂੰ ਔਰ ਅਦਰ ਨਹੀਂ ਤੁਸੀਂ ਕੈਨਸਨ ਬਣਗੇ ਤੇ ਤੁਸੀਂ ਉੱਥੇ ਬੈਠਿਆ ਵੀ ਕਰੋਗੇ ਜਾ ਕੇ ਕਿ ਜਿੱਥੇ ਬਾਜ਼ਾਰ ਦੀ ਮੀਟਿੰਗ ਹੁੰਦੀ ਹੈ ਤੇ ਰੁਤਬਾ ਹੁੰਦਾ ਕਿ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉੱਥੇ ਤੁਹਾਨੂੰ ਇਹ ਰੁਤਬਾ ਤਾਂ ਡਏ ਹੋਗਾ ਤੁਸੀਂ ਕੰਮ ਜੋ ਕਰ ਰਹੇ ਹੋ ਉਹ ਕਰ ਰਹੇ ਹੋ ਪਰ ਕੁਝ ਵੀ ਹੈ ਇਹਦੀ ਵਾਰੀ ਅਜੇ ਕੋਈ ਮੈਨੂੰ ਨਾ ਕੋਈ ਖੱਤ ਨਾ ਕੋਈ ਨੋਟੀਫਿਕੇਸ਼ਨ ਤੇ ਫਿਰ ਉਹ ਕਿੰਦਾ ਤੁਹਾਨੂੰ ਇੱਕ ਗੱਡੀ ਮਿਲੂਗੀ ਇੱਕ ਤੁਹਾਨੂੰ ਗਨਮੈਨ ਮਿਲੂਗਾ ਮੈਂ ਕਿਹਾ ਬਈ ਚਲੋ ਇਦਾਂ ਕਰੋ ਗਨਮੈਨ ਤਾਂ ਨਾ ਦਿਓ ਮੈਂ ਹੱਸਦਾ ਸੀਗਾ ਕਿ ਮੈਨੂੰ ਤੁਸੀਂ ਗਿਟਾਰ ਵਾਲਾ ਬੰਦਾ ਦੇ ਦਿਓ। ਕੀ ਉਹ ਉਹ ਕਿ ਤੇ ਬਾਕੀ ਮੈਂ ਤਾਂ ਅੱਜ ਟੈਕਸੀ ਕਰਕੇ ਜਾਣਾ ਆਰਟਸ ਕੌਂਸਲ ਤੇ ਜਿਹੜੇ ਰੇਟ ਵੀ ਮੈਨੂੰ ਪੁਰਾਣੇ ਮਿਲ ਰਿਹਾ ਆ ਆਸਟਰ 'ਤੇ ਪਰ ਕਿਲੋਮੀਟਰ ਜਿਹੜੇ ਕਿ ਮੈਂ ਦੇ ਰਿਹਾ 11 ਰੁਪਏ ਜਣੀ ਉਹ ਤੇ ਪੈਟਰੋਲ ਦਾ ਭਾਅ ਵਧ ਗਿਆ ਸੇ ਕੀ ਕੁਝ ਹੋ ਗਿਆ। ਡੀਜ਼ਲ ਦਾ ਭਾਅ ਵਧ ਗਿਆ। ਤੇ ਸੋ ਉਹਦੇ ਚ ਮੈਂ ਸਮਝਦਾ ਕਿ ਕਈ ਵਾਰ ਬਹੁਤ ਤੇ ਜਲਦੀ ਅਸੀਂ ਫੈਸਲਾ ਕਰਦੇ ਆ। ਅਕਸਰ ਇਹ ਦੱਸੋ ਕਿ ਨਾ ਤਾਂ ਤੁਹਾਨੂੰ ਨੋਟੀਫਿਕੇਸ਼ਨ ਆਈ ਕੋਈ ਆਈ ਨਾ ਚਿੱਠੀ ਆਈ ਆ। ਹੈ ਨਾ ਇਹ ਐਲਾਨ ਹੋਇਆ ਕਿਥੇ ਤੇ ਕੀ ਸਵੱਬ ਬਣਿਆ ਕਿਵੇਂ ਇਹ ਗੱਲ ਇਹ ਇਹ ਚਮਕੌਰ ਸਾਹਿਬ ਇੱਕ ਬਹੁਤ ਅੱਛੀ ਮਿਊਜ਼ੀਅਮ ਬਣੇ ਜਾਣ ਨੂੰ ਥੀਮ ਪਾਰਕ ਵੀ ਕਹਿੰਦੇ ਆ ਜਿਹਦੇ ਵਿੱਚ ਪ੍ਰਮੁੱਖ ਵਿਸ਼ਾ ਤਾਂ ਇਹ ਹੈ ਕਿ ਜਦੋਂ ਸੰਕੌਰ ਸਾਹਿਬ ਦੀ ਜੰਗ ਤੇ ਸ਼ਹਾਦਤਾਂ ਵੱਡੇ ਸਾਹਿਬ ਜਾਦੇ ਸ਼ਹੀਦ ਹੋਏ ਤੇ ਪਰ ਉਹਨੂੰ ਪੂਰੇ ਪ੍ਰਸੰਗ 'ਚ ਰੱਖ ਕੇ ਗੁਨਾਗ ਸਾਹਿਬ ਦੇ ਪ੍ਰਗਟ ਹੋਣ ਤੋਂ ਲੈ ਕੇ ਤੇ ਬੰਦਾਬਾਹਦਰ ਤੱਕ ਇੱਕ ਪੂਰਾ ਸਮਝ ਲੋ ਮਲਟੀਮੀਡੀਆ ਪ੍ਰੈਜੈਂਟੇਸ਼ਨ ਹੈ ਤੇ ਉਹਦੀ ਸਕ੍ਰਿਪਟ ਮੈਂ ਲਿਖੀ ਸੀ ਗੀਤ ਵੀ ਲਿਖੇ ਉਹ ਫੇ ਉਸ ਰਾਤ ਦੇ ਸੀ ਕਿ ਜਿੰਨ ਲੋਕਾਂ ਨੇ ਗਾਏ ਸੀ ਉਹ ਚੀਜ਼ਾਂ ਸੁਖਵਿੰਦਰ ਆਇਆ ਹੋਇਆ ਸੀਗਾ ਹਰਸ਼ਦੀਪ ਨੇ ਇੱਕ ਚੀਜ਼ ਗਾਈ ਹੋਈ ਆ ਇੱਕ ਜਸਵਿੰਦਰ ਨਰੂਲਾ ਨੇ ਗਾਈ ਹੋਈ ਆ ਇੱਕ ਦੁਰਗਾਰ ਨੀਲਾ ਨੇ ਗਾਈ ਸੀ ਉਹ ਸਾਰੇ ਗਾਏ ਗਾਏ ਸੀ ਤੇ ਮੈਂ ਵੀ ਉੱਥੇ ਹਾਜ਼ਰ ਸੀ ਤੇ ਸੁਖਵਿੰਦਰ ਉਦੋਂ ਪੜ ਰਿਆ ਸੀਗਾ ਉਹਦੇ ਉਸੇ ਉਸੇ ਜਾਨੀ ਮਿਊਜ਼ੀਅਮ ਚੋਂ ਗੀਤ ਪੜ੍ਹਦਾ ਸੀਗਾ ਪਾਈ ਜੱਤੇ ਬਾਰੇ ਜਿੱਕੇ ਜਿਮੇ ਗਿਪਾਈ ਜੱਤੇ ਸੀਸ ਗੁਰਾਂ ਦਾ ਬੁੱਕਲ ਵਿੱਚ ਲੁਕਾਇਆ ਚੀਰ ਕੇ ਰਾਤਾਂ ਚੱਖੜ ਪੈਂਡੇ ਅੰਤ ਅਨੰਦਪੁਰ ਆਇਆ ਤੂੰ ਗਰੇਟਾ ਗੁਰੂ ਦਾ ਬੇਟਾ ਦਸਮ ਪਿਤਾ ਫਰਮਾਇਆ ਤੂੰ ਜੋ ਕਾਲੀ ਰਾਤ 'ਚ ਸਾਡਾ ਸੂਰਜ ਲੈ ਕੇ ਆਇਆ ਇੰਨਾ ਚਾਨਣ ਕਿੰਜ ਤੂੰ ਆਪਣੀ ਬੁੱਕਲ ਵਿੱਚ ਲੁਕਾਇਆ ਸੋ ਲੰਬਾ ਗੀਤ ਸੀ ਤੋ ਇੱਕ ਕਾਫੀ ਸਮਝੋ ਪਾਵਕਤਾ ਵਾਲਾ ਮਾਹੌਲ ਸੀਗਾ ਤੋ ਉਸ ਵੇਲੇ ਚੰਨੀ ਸਾਹਿਬ ਉੱਠੇ ਸਟੇਜ ਤੇ ਗਏ ਉਹਨਾਂ ਨੇ ਸੁਖਵਿੰਦਰ ਨੂੰ ਗਲਵਕੜੀ ਚ ਲਿਆ ਤੇ ਕਹਿਣ ਲੱਗੇ ਅੱਜ ਮੈਂ ਦੋ ਐਲਾਨ ਕਰਨੇ ਆ ਤੇ ਇੱਕ ਤੇ ਆ ਕਿ ਅਸੀਂ ਸੁਖਵਿੰਦਰ ਨੂੰ ਰਾਜਗਾਇਕ ਦਾ ਅ ਰਤਵਾ ਰਤਵਾ ਦਿੰਨੇ ਆ ਤੇ ਕੈਬਨਿਟ ਮਿੰਿਸਟਰ ਦਾ ਰੈਂਕ ਦਿੱਤਾ ਫੇ ਦੂਜਾਨ ਕਿਆ ਸੀ ਸਰਜੀਤ ਪਾਤਰ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਰਤਵਾ ਦਿੰਨੇ ਆ ਔਰ ਇਹਨਾਂ ਨੂੰ ਕੈਬਨਟ ਰੈਂਕ ਸੋ ਇਹ ਇਨੀ ਕਹਾਣੀ ਆ ਜਿਹੜੀ ਮਤਲਬ ਉੱਥੇ ਹੋਈ ਤੋ ਮੈਨੂੰ ਬਤਾਈਆਂ ਵੀ ਮਿਲ ਗਿਆ ਉੱਥੇ ਸਾਰਿਆਂ ਨੇ ਕਿ ਬਹੁਤ ਵਧੀਆ ਜੀ ਸਿਕੁੰਦਰ ਨੂੰ ਵੀ ਤੇ ਇਹ ਹੌ ਦਾ ਜਾਨੀ ਸਮਝੋ ਜਿਹੜਾ ਕਹਾਣੀ ਜਿਹੜੀ ਸਮਝੋ ਜਿੱਥੋਂ ਅੱਛਾ ਉਹ ਤੋਂ ਬਾਅਦ ਖੈਰ ਕੁਝ ਵੀ ਉਹ ਤੋਂ ਬਾਅਦ ਕੋਈ ਉਹ ਤੇ ਐਕਸ਼ਨ ਨਹੀਂ ਹੋਇਆ ਕੋਈ ਨੋਟੀਫਿਕੇਸ਼ਨ ਕੁਝ ਨਹੀਂ ਕਿਉਂਕਿ ਸੋਸ਼ਲ ਮੀਡੀਆ ਤੇ ਲਗਾਤਾਰ ਗੱਲਾਂ ਚੱਲੀ ਜਾਂਦੀਆਂ ਹਾਂ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਗਏ ਤੇ ਮੈਂ ਉਹ ਹਾਸੇ ਨਾਲ ਇੱਕ ਲਤੀਫਾ ਸੁਣਾਉਣਾ ਹੁਣ ਅਕਸਰ ਕਿ ਕਿ ਤਿੰਨ ਚਾਰ ਬੰਦੇ ਨਾ ਇੱਕਦਾਂ ਜ਼ਮੀਨ ਸੀ ਬਹੁਤ ਭਈ ਖੁੱਲੀ ਉੱਥੋਂ ਲੰਘ ਰਹੀ ਸੀ ਤੇ ਉਹ ਇਲਾਕਾ ਜ਼ਮੀਨ ਵੀ ਚੰਗੀ ਸੀਗੀ ਤੇ ਉਹ ਕਹਿੰਦੇ ਵੀ ਇੱਥੇ ਜੇ ਕਮਾਦ ਵੀ ਜਾਇਆ ਜਾਵੇ ਤਾਂ ਉਹ ਬੜਾ ਵਧੀਆ ਫਸਲ ਹੋਊਗੀ ਤੇ ਤੇ ਇਹ ਕਹਿੰਦਾ ਪਰਾ ਜਿਹੜੇ ਲਾਗੇ ਝੁੱਗੀਆਂ ਵਾਲੇ ਨਾ ਇਹਨਾਂ ਨੇ ਨਾ ਗੰਨੇ ਪੁੱਟ ਕੇ ਚੁੱਪ ਲਾ ਗਾ ਨਾ ਚੁੱਪ ਨਹੀਂ ਪਿਆ ਇਹਨਾਂ ਨੂੰ ਸਿੱਧੇ ਕਰ ਲਏ ਹੂੰ ਉਹ ਕੇ ਦੇਬੂ ਨੇ ਝੁਗਬੜਾ ਨੂੰ ਉੱਥੇ ਗਿਆ ਉਹਨੂੰ ਬਾਹਰ ਕੱਢਿਆ ਤੇ ਬਿਨਾ ਕੁਝ ਪੁੱਛਿਆ ਦੱਸਿਆ ਉਹਨੂੰ ਘੁੱਟਣਾ ਸ਼ੁਰੂ ਕਰਤਾ ਤੇ ਉਹ ਕਹਿੰਦੀ ਵੀ ਗੱਲ ਕੀ ਹੋਈ ਉਹ ਕਹਿੰਦੀ ਵੀ ਹੋਰ ਚੁੱਪੋ ਗੰਨੇ ਹੋਰ ਚੁੱਪੋ ਗਨੇ ਸੋ ਕੇ ਵਾਰੀ ਦਾ ਹੁੰਦਾ ਵੀ ਉਹ ਵਿਚਾਰੇ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ ਸੀਗਾ ਤੇ ਉਹ ਸੋ ਕੀ ਵਾਰੀ ਇਹ ਤਾਂ ਹੁੰਦਾ ਕਿ ਸੋਸ਼ਲ ਮੀਡੀਆ ਤੇ ਅਸੀਂ ਕੀ ਵਾਰੀ ਕਿਸੇ ਗੱਲ ਨੂੰ ਨਾ ਉਹਦੀ ਮਤਲਬ ਕਿ ਉਹਦੀ ਉਹ ਕੀ ਗੱਲ ਹੈ ਜਾਂ ਉਹ ਕਿੱਥੇ ਪਹੁੰਚੀ ਹੈ ਜਾਂ ਕੀ ਨਿਰਣਾ ਹੋਇਆ ਕੁਝ ਹੋਇਆ ਉਹ ਤਾਂ ਬਿਨਾਂ ਐਸੀ ਸ਼ੁਰੂ ਕਰ ਦਨੇ ਆ ਲੋਕ ਤਾਂ ਇਹ ਕਹੀ ਜਾਂਦੇ ਆ ਕਿ ਪਾਤਰ ਸਾਹਿਬ ਨੂੰ ਇਮੀਡੀਏਟਲੀ ਐਲਾਨ ਕਰਨਾ ਚਾਹੀਦਾ ਕਿ ਮੈਂ ਇਹ ਵਾਪਸ ਕਰਦਾ ਹਾਂ ਨੇ ਤਾਂ ਹਾਲਾਂਕਿ ਜਿਹੜੀ ਚੀਜ਼ ਮਿਲੀ ਨਹੀਂ ਉਹ ਵਾਪਸ ਗਈ ਉਹ ਵਾਪਸ ਵਾਪਸ ਕਰਨ ਨੂੰ ਕੁਝ ਨਹੀਂ ਕੋ ਹੈ ਨਹੀਂ ਆ ਕਿਉਂਕਿ ਇਹਦੇ ਬਾਰੇ ਬਹੁਤ ਧੁੰਦਲਕਾਇਆ ਇੱਕਦਮ ਹੀ ਇੱਕ ਪਲੇਟਫਾਰਮ ਇਹੋ ਜਿਹਾ ਆਇਆ ਸੋਸ਼ਲ ਮੀਡੀਆ ਕਿ ਇੱਕ ਬੋਲਦਾ ਤੇ ਕਿਸੇ ਨੂੰ ਕੋ ਗੱਲ ਦਾ ਪਤਾ ਨਹੀਂ ਹੁੰਦਾ ਤੇ ਜਿਵੇਂ ਗਲੀ ਮਹਲੇ ਚ ਲੋਕ ਇੱਕ ਸ਼ਾਮਲ ਹੋ ਜਾਂਦੇ ਆ ਉਹ ਉੱਚੀ ਵੀ ਨਹੀਂ ਪਤਾ ਕਿ ਉਹਦੇ ਚ ਹੈ ਕੀ ਆ ਉਹਦਾ ਮਤਲਬ ਕੀ ਆ ਹਨਾ ਮਤਲਬ ਮੈਂ ਜੇ ਇਦਾਂ ਵੀ ਕਰਦਾ ਕਿ ਬਹੁਤ ਮੈਂ ਅਜੀਬ ਤਰ੍ਹਾਂ ਕਹਿੰਦਾ ਕਿ ਮੈਂ ਇਹ ਨਹੀਂ ਲੈਂਦਾ ਚਲੋ ਇੱਕ ਇੱਕ ਸ਼ਖਸ ਨੇ ਆਪਣਾ ਪਿਆਰ ਸਮਝ ਲਓ ਜਿਹੜਾ ਕਿ ਜਿਹੜਾ ਮਤਲਬ ਉਹ ਦੀ ਉਹ ਦਾਦ ਵਾਂਗੀ ਮੈਂ ਵੀ ਇਦਾਂ ਮੈਂ ਉਹਨੂੰ ਇੱਕ ਦਾਦ ਵਾਂਗ ਲਿਆ ਕਿ ਇੱਕ ਬੰਦੇ ਨੇ ਦਾਦ ਦਿੱਤੀ ਆ ਉਹ ਤਾਂ ਢੇ ਸ਼ਾਇਰੀ ਤੋਂ متاثر ਹੋ ਕੇ ਦਾਦ ਦੇ ਰੂਪ ਚ ਕਹਿਤਾ ਤੇ ਮੈਨੂੰ ਪਤਾ ਨਹੀਂ ਉਹਦੇ ਜ ਕੀ ਹੈ ਕੀ ਨਹੀਂ ਆ ਮੇਰਾ ਕੀ ਰਤਬਾ ਕੀ ਕੀ ਔਦਾ ਮਤਲਬ ਉਹ ਕੁਝ ਮੇਰੇ ਕੋਲ ਸਪਸ਼ਟ ਵੀ ਨਹੀਂ ਆ ਸੋ ਮੋਡਰਨਲੀ ਕੁਝ ਹੈ ਵੀ ਨਹੀਂ ਮੇ ਜੇ ਮਸਲਨ ਕੱਲ ਨੂੰ ਉਹਦਾ ਮਿਲਦਾ ਤੇ ਤੁਸੀਂ ਸਵੀਕਾਰ ਕਰੋਗੇ ਜਾਂ ਮੈਨੂੰ ਉਹਦਾ ਹੀ ਨਹੀਂ ਪਤਾ ਕਿ ਕੀ ਆ ਉਹ ਅੱਛਾ ਮੈਂ ਤਾਂ ਹੀ ਤਾਂ ਹੀ ਖਾਮੋਸ਼ੀ ਰਿਹਾ ਪੀ ਇਹਦੇ ਚ ਮੈਨੂੰ ਪਤਾ ਹੀ ਨਹੀਂ ਪੀ ਉਹਦੇ ਉਹਦੇ ਚ ਮੇਰਾ ਕੀ ਕੰਮ ਹੈ ਜਿੱਦਾਂ ਹੁਣ ਮੈਂ ਤਾਂ ਆਰਟਸ ਕੌਂਸਲ ਦਾ ਵੀ ਚੇਅਰਮੈਨ ਆ ਮੈਂ ਉਹਨੂੰ ਮੈਂ ਚੇਅਰਮੈਨ ਬਣਿਆ ਹੈ ਨਾ ਉਹ ਇੱਕ ਸਰਕਾਰੀ ਸੰਸਥਾ ਹੈ ਹਨਾ ਜਾਂ ਜੇ ਕੋਈ ਬੀਸੀ ਨੌਕਰੀ ਸਾਰੀ ਉਮਰ ਪੀ ਜਿਹਦੀ ਕੀਤੀ ਹੋ ਸਰਕਾਰ ਦੀ ਯੂਨੀਵਰਸਿਟੀ ਆ ਉੱਥੇ ਕੀਤੀ ਹੈ ਹਨਾ ਸੋ ਇਖ ਇਹ ਹੁੰਦਾ ਕਿ ਤੁਸੀਂ ਕੀ ਕਰਦੇ ਹੋ ਅ ਜੇ ਜੇ ਕਿਸੇ ਅਹੁਦੇ ਤੇ ਹੋ ਤਾਂ ਤੁਸੀਂ ਉੱਥੇ ਕੰਮ ਕੀ ਕਰਦੇ ਹੋ ਹੈਨਾ ਕੀ ਤੁਸੀਂ ਜੋ ਉਹ ਕਹਿੰਦੇ ਆ ਉਹ ਕਰਦੇ ਹੋ ਕਿ ਜਾਂ ਜੋ ਤੁਹਾਡਾ ਦਿਲ ਕਰਦਾ ਉਹ ਕਰਦੇ ਹੋ ਹੈਨਾ ਹਾਂ ਜਾਂ ਤੁਸੀਂ ਕਿਉਂਕਿ ਤੁਹਾਨੂੰ ਜੀ ਸਾਹਿਬ ਮਤਲਬ ਹਾਂ ਬਿਲਕੁਲ ਹੁਣ ਇਹਦੇ ਚ ਇਹ ਹੈ ਕਿ ਮਿੰਟੂ ਵਾਸਤੇ ਆਰਟਸ ਕੌਂਸਲ ਦਾ ਚੇਅਰਮੈਨ ਵੀ ਨਹੀਂ ਬਣਾ ਚਾਹਤੇ ਸੀ ਇਸ ਹਿਸਾਬ ਨਾਲ ਤਾਂ ਹੈਨਾ ਉਹ ਵੀ ਤਾਂ ਮਿਰਖਲ ਨਵਜੋਤ ਸਿੱਧੂ ਜੀ ਘਰੇ ਆ ਕੇ ਤੁਹਾਨੂੰ ਸਨਮਾਨ ਦੇ ਕੇ ਲੈ ਕੇ ਗਏ ਕਿ ਤੁਸੀਂ ਇਹ ਦੂਸਰੀਆ ਕਿ ਮੈਨੂੰ ਜਿਹੜੇ ਬੰਦੇ ਸਮਝੋ ਜਿਹੜੇ ਇਨਕਲਾਬੀ ਬੰਦੇ ਵੀ ਆ ਉਹਨਾਂ ਵੀ ਇਹ ਗਿਆ ਕਿ ਜਦ ਤੱਕ ਤੇਰਾ ਦਮ ਨਹੀਂ ਘੁਰਦਾ ਤਦ ਤੱਕ ਤੂੰ ਰਹਿ ਹੂੰ ਕਿ ਜੇ ਤੁਸੀਂ ਕੁਝ ਕਰ ਸਕਦੇ ਹੋ ਚੰਗਾ ਉੱਥੇ ਤਾਂ ਜ਼ਰੂਰ ਕਰੋ ਜੇ ਤੁਸੀਂ ਨਹੀਂ ਕਰ ਸਕਦੇ ਜੋ ਤੁਸੀਂ ਜੇ ਤੋ ਤੋ ਉਹ ਕਰਵਾਉਂਦੇ ਆ ਕਿ ਜੋ ਤੁਹਾਡੀ ਜ਼ਮੀਰ ਨਹੀਂ ਮੰਦੀ ਤਾਂ ਫਿਰ ਛੱਡ ਕੇ ਆ ਦਿਓ ਤੇ ਸੋਸ਼ਲ ਮੀਡੀਆ ਤੇ ਤਾਂ ਤੁਹਾਨੂੰ ਹੋਣਾ ਕੈਬਨਟ ਮਿੰਿਸਟਰ ਬਣਾ ਚੁੱਕੇ ਹਨ ਲੋਕ ਕਿ ਸਜੀਤ ਪਾਤਰ ਸਤਨਗਰ ਰਲ ਗਿਆ ਤੇ ਕੈਬਨਟ ਮਿੰਿਸਟਰ ਸਤਨਗਰ ਇਹ ਵੀ ਮੈਂ ਜਦੋਂ ਐਗਜ਼ਾਮਪਲ ਸ਼ੁਰੂ ਕੀਤਾ ਸੀ ਵੀ ਪਾਸ਼ਾਵਾਗ ਦੇ ਨਾਮ ਸੀ ਹੈ ਨਾ ਉਹ ਮੈਂ ਨਹੀਂ ਲਿਆ ਫਿਰ ਸੈਟ ਅਕੈਡਮੀ ਦਾ ਅਵਾਰਡ ਮੋੜਿਆ ਬਹੁਤ سارے ਲੋਕਾਂ ਨੇ ਮੈਂ ਮੈਂ ਹੀ ਮੋੜਿਆ ਇਹਦੇ ਪਦਮਸ਼ੀਰੀ ਵਾਲਾ ਹੈ ਨਾ ਤੇ ਹੁਣ ਸਥਾਪਤੀ ਦਾ ਮਨ ਲੱਗਦੇ ਲੱਗਦਾ ਨਹੀਂ ਕਿ ਸਥਾਪਤੀ ਦਾ ਮੈਂ ਸਥਾਪਤੀ ਦਾ ਕੀ ਲੱਗਦਾ ਸੋਰੀ ਇਹ ਤਾਂ ਜਾਂ ਮੇਰੀ ਕਵਤਾ ਦੱਸ ਸਕਦੀ ਜਾਂ ਮੇਰੇ ਕੰਮ ਦੱਸ ਸਕਦੇ ਮੈਨੂੰ ਇਹ ਲੱਗਦਾ ਕਿ ਸਾਡੇ ਸਮਿਆਂ ਚ ਸਜੀਤ ਪਾਤਰ ਇੱਕ ਐਡਾ ਵੱਡਾ ਨਾਮ ਆ ਜਾਂ ਸਾਹਿਦ ਦੇ ਖੇਤਰ ਚ ਇੱਕ ਅਗਵਾਈ ਕਰਨ ਵਾਲਾ ਵੀ ਜਾਂ ਉਹਨੂੰ ਇੱਕ ਬਹੁਤ ਵੱਡੇ ਰੂਪ ਚ ਵੇਖਦੇ ਆ ਕਿ ਉਹਨਾਂ ਦਾ ਇੱਕ ਸਪਸ਼ਟ ਹੈ ਜੇ ਕੋਈ ਵੀ ਮਸਲਾ ਉੱਠਦਾ ਹੈ ਉਹਤੇ ਸਪਸ਼ਟ ਸਟੈਂਡ ਹੋਣਾ ਚਾਹੀਦਾ ਮਸਲਨ ਜਿਵੇਂ ਤੁਸੀਂ ਗੱਲ ਕੀਤੀ ਭਾਸ਼ਾ ਵਿਭਾਗ ਦਾ ਨਾਮ ਉਹਦੋਂ ਰੌਲਾ ਪੈ ਗਿਆ ਕਿ ਇਹ ਨਾਮ ਸਰਜੀਤ ਪਾਤਰ ਨੂੰ ਨਹੀਂ ਲੈਣਾ ਚਾਹੀਦਾ ਤੇ ਫਿਰ ਹੋਰ ਨਾਮ ਵੀ ਤੁਸੀਂ ਵਾਪਸ ਕਰਦੇ ਆ ਇਹ ਜਿਹੜੇ ਨਾਮ ਜਿਵੇਂ ਭਾਸ਼ਾ ਵਿਭਾਗ ਦਾ ਵਾਪਸ ਕੀਤਾ ਇਹ ਕੀ ਮਸਲਾ ਸੀਗਾ ਦੇਖੋ ਇਹ ਹੈ ਕਿ ਉਹ ਸਿਰ ਗੱਲ ਸੀ ਕਿ ਜਦੋਂ ਮੈਨੂੰ ਨਾਮ ਮਿਲਿਆ ਉਹ ਉਹਦੇ ਦੋ ਇਨਾਮ ਐਸੇ ਦਿੱਤੇ ਸਗੇ ਜਿਹੜੇ ਕਿ ਇਹ ਸਾਰੀ ਗੱਲ ਹੈ ਸਰ ਇਹ ਮੇਰੇ ਖਿਆਲ ਚ 98 ਆ ਤੇ ਜੁਗਾ ਸਿੰਘ ਦੀ ਬੇਟੀ ਦੀ ਸ਼ਾਦੀ ਸੀ ਜੀ ਕੁਝ ਦਿਨ ਅਮਾ ਉੱਥੇ ਸਭ ਲੋਕ ਇਕੱਠੇ ਹੋ ਇਸ ਸੀ ਯਾਨੀ ਸਭ ਰਾਈਟਰ ਸਭ ਲੇਖਕ ਇਕੱਠੇ ਹੋ ਇਸਦੇ ਮੇਰੇ ਕੋਲ ਫਿਰ ਲੇਖਕ ਉਹ ਕਹਿਣ ਲੱਗੇ ਵੀ ਤੁਸੀਂ ਦੇਖੋ ਇਦਾਂ ਹੋਇਆ ਕਿ ਦੋ ਇਨਾਮ ਐਸੇ ਦਿੱਤੇ ਗਏ ਆ ਹੂੰ ਜਿਹੜੇ ਕਿ ਮਨਿਸਟਰ ਨੇ ਆਪਣੀ ਮਰਜ਼ੀ ਨਾਲ ਦਿੱਤੇ ਆ ਤੇ ਉਹ ਦੋ ਬੰਦਿਆਂ ਨੂੰ ਕੋਈ ਜਾਣਦਾ ਵੀ ਨਹੀਂ ਤੇ ਉਹ ਹੁਣ ਮੈਨੂੰ ਨਾਮ ਵੀ ਯਾਦ ਨਹੀਂ ਕੌਣ ਸੀ ਉਹ ਤੇ ਪਰ ਉਹ ਦੋ ਨਾਮ ਸੀ ਇਹ ਕੋਈ ਬਾਲ ਸੈਤਲੀ ਸੀਗਾ ਸ਼ਾਇਦ ਇਹਦਾ ਤੇ ਵੀ ਤੁਸੀਂ ਜੇ ਇਹ ਨਾਮ ਇਹੋ ਨਾਮ ਲੋ ਤਾਂ ਅਸੀਂ ਇੱਕ ਲਹਿਰ ਖੜੀ ਕਰ ਦਿਆਂਗੇ ਹਮ ਪੂਰੀ ਮੂਵਮੈਂਟ ਖੜੀ ਕਰ ਦਿਆਂਗੇ ਜਿਹਦੇ ਵਿੱਚ ਹੈ ਕਿ ਅਸੀਂ ਇਹਦੇ ਵਿੱਚ ਸਰਕਾਰੀ ਦਖਲ ਨਾ ਹੋਵੇ ਇਹਨਾਂ ਦਾ ਨਮਾਜ਼ੇ ਮਤਲਬ ਮਿਨਿਸਟਰ ਦਾ ਦਖਲ ਨਾ ਹੋਵੇ ਬਾਕੀ ਤੇ ਚਲੋ ਜਿਹੜੇ 24 25 ਮੈਂਬਰ ਹੁੰਦੇ ਆ ਉਹ ਵੀ ਸਰਕਾਰੀ ਨਾਮਿਨੇਟ ਕਰਦੀ ਜਿਹੜੇ ਫੈਸਲਾ ਕਰਦੇ ਆ ਤੇ ਚਲੋ ਮੈਂ ਉੱਥੇ ਹੀ ਐਨਾਨਸ ਕਰਤਾ ਕਿ ਮੈਂ ਇਹੋ ਨਾਮ ਨੀ ਲਊਗਾ ਨਾ ਭਾਜੇ ਹੋ ਮੇਰਾ ਨਾਮ ਮੂੜਨਾ ਇੰਨਹੀਂ ਬਦ ਕਰ ਸਕਦਾ ਕਿ ਉਹ ਉਹ ਇਸ ਤਰ੍ਹਾਂ ਫਿਰ ਚਲੋ ਬਹੁਤ ਉਹਦਾ ਵਿਵਾਦ ਚੱਲਿਆ ਕੁਝ ਲੋਕਾਂ ਨੇ ਕਿਹਾ ਵੀ ਇਹ ਪਾਤਰ ਦੀ ਹੋਂਮੇ ਆ ਕਿ ਉਹ ਮੋੜ ਰਿਹਾ ਕਿਸੇ ਨੇ ਕੁਝ ਕਿਹਾ ਕਿਸੇ ਨੇ ਕੁਝ ਕਿਹਾ ਤੋ ਫੇਰ ਹੋਇਆ ਹੈ ਕਿ ਉਹ 25000 ਦਾ ਇਨਾਮ ਸੀਗਾ ਫੇਰ ਗੌਰਮਣ ਨੇ 1 ਲੱਖ ਦਾ ਉਹਨੂੰ ਕਰਤਾ ਕਰ ਦਿੱਤਾ ਜਦੋਂ ਦਿੱਤੇ ਕਿ 1 ਲੱਖ ਦੇ ਦਿੱਤੇ ਗਏ ਤੇ ਫਿਰ ਮੈਨੂੰ ਫੋਨ ਆਇਆ ਉਹ ਦੋਸਗੇ ਜੋ ਡਾਇਰੈਕਟਰ ਭਈ ਬਈ ਅਸੀਂ ਇੱਥੋਂ ਲੰਘ ਰਹੇ ਆਂ ਸਾਣੇ ਸ਼ਹਿਰ ਚੁਪਟੇ ਹਾਲੇ ਤੋਂ ਜਾ ਰਹੇ ਆਂ ਤੇ ਤੁਸੀਂ ਪਲੀਜ਼ ਆ ਜਾਓ ਇਨਾਮ ਲੈ ਲਓ ਮੈਂ ਕਿਹਾ ਵੀ ਹੁਣ ਲੈਣ ਦਾ ਮਤਲਬ ਇਹ ਆ ਕਿਵੇਂ 25000 ਦਾ ਤਾਂ ਮੈਂ ਛੱਡ ਦਿੱਤਾ ਪਰ 1 ਲੱਖ ਦਾ ਮੈਂ ਲੈਣਾ ਇੱਕ ਨਵਾਂ ਬਵਾਦ ਖੜਾ ਹੋ ਜਾਊਗਾ ਲੈਣ ਆ ਰਿਹਾ ਹੈ ਨਾ ਸੋ ਉਹ ਮੈਂ ਨਹੀਂ ਲਿਆਉਂਦਾ ਤੇ ਉਹ ਮੇਰੇ ਨਾਂ ਆ ਕੇ ਲਿਖਿਆ ਵੀ ਹੋਇਆ ਜਿਹੜਾ ਭਾਸ਼ਾ ਵਗਦੀ ਲਿਸਟ ਵਿੱਚ ਵੀ ਨਹੀਂ ਲਿਖਿਆ ਵੀ ਇਹਨਾਂ ਦਾ ਨਾਮ ਨਹੀਂ ਲਿਆ ਤੇ ਫਿਰ ਉਹ ਸਾਇੰਟਿਫਿਕ ਅਕੈਡਮੀ ਵਾਲਾ ਇਨਾਮ ਸੀ ਉਹਦਾ ਇਹ ਸੀਗਾ ਕਿ ਆ ਉਹਦੇ ਕੁਝ ਲੇਖਕਾਂ ਦਾ ਨੂੰ ਜਿਦਾਂ ਜਿਹੜੇ ਆਪਾਂ ਉਹ ਤਿੰਨ ਨਾਮ ਸੁਗੇ ਲੇਖਕਾਂ ਦੇ ਜਿਨ੍ਹਾਂ ਨੂੰ ਮਾਰਿਆ ਗਿਆ ਸੀ ਉਹ ਜਾਨੀ ਕੋਈ ਨੈਚੁਰਲ ਮੌਤ ਨਹੀਂ ਸੀ ਗੁਜ਼ਰੇ ਜੀ ਉਹਨਾਂ ਨੂੰ ਉਹਨਾਂ ਦੀ ਲਿਖਤ ਕਰਕੇ ਖਤਮ ਕੀਤਾ ਗਿਆ ਤੇ ਜਦੋਂ ਫਿਰ ਸਹਿਤ ਅਕੈਡਮੀ ਨੇ ਆਪਣਾ ਸਵਾਗਤ ਕੀਤਾ ਤਾਂ ਉਹਨਾਂ ਸਿਰਫ ਉਹਨਾਂ ਨੂੰ ਵੀ ਬਾਕੀਆਂ ਸਾਰਿਆਂ ਦੇ ਨਾਲ ਆ ਕੇ ਤੇ ਸ਼੍ਰੀ ਦਾ ਅંજਲੀ ਪੇਸ਼ ਕਰ ਦਿੱਤੀ ਕਿ ਇਹਨਾਂ ਅ ਬਤਰੀ ਵੀ ਨਾਲ ਉਹ ਕਾਨੂੰ ਅਸੀਂ ਇਹਨਾਂ ਦੀ ਵਿਦਾ ਤੇ ਦੁੱਖ ਪ੍ਰਗਟ ਕਰਦੇ ਹਾਂ ਜਰ ਕਿ ਚਾਹੀਦਾ ਹੈ ਕਿ ਉਹਨਾਂ ਨੂੰ ਉਹਨਾਂ ਦਾ ਵਿਸ਼ੇਸ਼ ਜ਼ਿਕਰ ਹੁੰਦਾ ਕਿ ਉਹਨਾਂ ਨੂੰ ਸਾਹਿਦ ਦੀ ਖਾਤਰ ਉਹਨਾਂ ਨੇ ਆਪਣੀ ਜਾਨ ਜਾਨ ਗੁਆਈ ਸੋ ਇਸ ਇਹਦਾ ਇੱਕ ਇਸ ਦੇ ਵਿਰੋਧ ਵਿੱਚ ਲੇਖਕਾਂ ਨੇ ਆਪਣੇ ਸੱਤ ਅਕੈਡਮੀ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਅ ਬਿਸ਼ੱਕ ਤੇ ਲੋਚੀ ਸੈਟ ਅਕੈਡਮੀ ਨੇ ਤੁਹਾਡੇ ਅਸੀਂ ਚੈੱਕ ਕੱਟ ਕੇ ਦੀ ਮੂੜੇ ਨਾਲ ਚੈੱਕ ਸਾਡੇ ਕੈਸ਼ ਨਹੀਂ ਕਰਾਉਂਗੇ ਵੀ ਸਾਡੇ ਕੋ ਕੋਈ ਪ੍ਰੋਵੀਜਨ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਰੱਖੀਏ ਪਰ ਇਹ ਸੀ ਕਿ ਮਨਿਸਟਰ ਇੰਨੇ ਖਿਲਾਫ ਬੋਲੇ ਕਿ ਇਹ ਬੰਦੇ ਐਸੇ ਨੇ ਕਾਂਗਰਸ ਦੇ ਬੰਦੇ ਯਾਰ ਕਿ ਉਹਨਾਂ ਚ ਬੰਦੇ ਉਹ ਵੀ ਸੀ ਜਿਹਨਾਂ ਨੇ ਐਮਰਜੈਂਸੀ ਵੇਲੇ ਕੈਦਾਂ ਕਟੀਆਂ ਸੀ ਜੀ ਜੀ ਕਿ ਇਹ ਨਹੀਂ ਸੀ ਕਿ ਉਹ ਕੋਈ ਕਾਂਗਰਸ ਦੇ ਬੰਦੇ ਸੀ ਜਾਂ ਮੈਂਮੀ ਐਮਰਜੈਂਸੀ ਵੇਲੇ ਗਜ਼ਲ ਲਿਖੀ ਕਿ ਕੁਝ ਕਿਹਾ ਤਾਂ ਅਣੀ ਰਾਜ ਰਹੇਗਾ ਮਤਲਬ ਉਹ ਉਹਨਾਂ ਨੂੰ ਪੂਰੇ ਕਾਂਗਰਸ ਦੇ ਏਜੰਟ ਬੜਾ ਗਿਆ ਕਿ ਚਾਹੀਦਾ ਐਸੀ ਕਿਉਂ ਕਰਤਕੜ ਦੇਖ ਕਾਣਾ ਮੈਂ ਕਿ ਗੱਲ ਕਰਦੇ ਜੀ ਕਿ ਕੀ ਗੱਲ ਤੋਂ ਦੁੱਖ ਕੀ ਆ ਤਕਲੀਫ ਕੀ ਆ ਸਾਨੂੰ ਦੱਸੋ ਸੋ ਉਹ ਉਹਦਾ ਕਾਰਨ ਇਸ ਗਿਆ ਸਤ ਅਕੈਡਮੀ ਵਾਲਾ ਪਦਮ ਸ਼੍ਰੀ ਵਿਲੇ ਹੋਇਆ ਕਿ ਮੈਨੂੰ ਜਣ ਇਦਾਂ ਲੱਗਿਆ ਕਿ ਜਿਸ ਤਰ੍ਹਾਂ ਉਹਦੇ ਵਿੱਚ ਕੋਈ ਸਤ ਅਕੈਡਮੀ ਅਵਾਰਡ ਵਾਪਸ ਹੋਏ ਕਿ ਜਿੱਦਾਂ ਹੁਣ ਸਾਡੇ ਲੋਕਾਂ ਨੂੰ ਤੋਂ ਕਹਿ ਰਹੇ ਆ ਕਿ ਉਹ ਗੁੰਮਰਾਹ ਹੋਏ ਲੋਕ ਐ ਇਹੋ ਖਾਲਸਤਾਨੀਆਂ ਜਾਏ ਹੋ ਆ ਪਾਕਿਸਤਾਨ ਦੇ ਪੜਕਾਏ ਹੋ ਲੋਕ ਐ ਪਰ ਅਸੀਂ ਉਹ ਸਲਮਾਨ ਚੁੱਕੀ ਫਿਰਿਏ ਹੈ ਨਾ ਸੋ ਇਹ ਇੱਕ ਵੱਡੀ ਭਾਵਨਾ ਸੀ ਜਿਹੜੀ ਮੇਰੇ ਮਨ 'ਚ ਆਈ ਜਦੋਂ ਮੈਂ ਉਹ ਉਹਨੂੰ ਵਾਪਸ ਕਰਨ ਦੀ ਦੀ ਖਤ ਲਿਖਿਆ ਤੇ ਸੋ ਮੈਂ ਇਦਾਂ ਮੈਸੂਜ ਕਰਦਾ ਕਿ ਵੀ ਇਸ ਤਰ੍ਹਾਂ ਸ਼ਾਇਦ ਸ਼ਾਇਦ ਪਦਮਸ਼ਰੀ ਲੈਂਡ ਦੇ ਵੀ ਬੰਦੇ ਖਿਲਾਫ ਹੋਣ ਜੀ ਵੀ ਲਿਆ ਹੀ ਕਿਉਂ ਪਰ ਮੈਂ ਆਪਣੇ ਤੌਰ ਤੇ ਐਸੋਚਦਾ ਕਿ ਜਦੋਂ ਜਿਹੜਾ ਲੋਕ ਰਾਜ ਹੈ ਜੇ ਅਸੀਂ ਲੋਕ ਰਾਜ 'ਤੇ ਯਕੀਨ ਕਰਦੇ ਆਂ ਤਾਂ ਅਸੀਂ ਇਦਾਂ ਦੀ ਭੂਮਿਕਾ ਨਿਭਾਈਏ ਕਿ ਅਸੀਂ ਸ਼ਾਮਲ ਹੋਈਏ ਪਰ ਜਿੱਥੇ ਸਾਨੂੰ ਲੱਗਦਾ ਕਿ ਵੀ ਇੱਥੇ ਕੁਝ ਗਲਤ ਹੋ ਰਿਹਾ ਉਦੋਂ ਅਸੀਂ ਆਪਣਾ ਰੋਸ ਜ਼ਾਹਰ ਕਰਨ ਲਈ ਭਾਵੇਂ ਇਨਾਮ ਵਾਪਸ ਕਰੀਏ ਜਾਂ ਉਹਦਾ ਛੱਡੀਏ ਕਿ ਉਹਨਾਂ ਗੱਲਾਂ ਦਾ ਅਸਰ ਪੈਂਦਾ ਜੇ ਅਸੀਂ ਸ਼ਾਮਲ ਨਹੀਂ ਹੋਵਾਂਗੇ ਮਾਲੋ ਜੀ ਨਿਕ ਮੈਂ ਆਰਟਸ ਕੌਂਸਲ ਦਾ ਚੇਅਰਮੈਨ ਨਹੀਂ ਬਣਨਾ ਹੈ ਨਾ ਤੇ ਕੋਈ ਤਾਂ ਬਣੇਗਾ ਬਿਲਕੁਲ ਹੈ ਨਾ ਬਿਲਕੁਲ ਤੇ ਉਹ ਵੀ ਕੋਈ ਲੇਖਕ ਹੋਗਾ ਜਾਂ ਕੁਝ ਹੋਏਗਾ ਸੋ ਮੇਰੀ ਇਸ ਇਸ ਗੱਲ ਬਾਰੇ ਵਿਵਾਦ ਹੋ ਸਕਦੇ ਆ ਕਿ ਇਹਦਾ ਸੋਚਣ ਮਾਰੇ ਪਰ ਮੈਂ ਇਹਦਾ ਸੋਚਦਾ ਕਿ ਸਾਨੂੰ ਇੱਕ ਰੁੱਸੇ ਹੋਏ ਪੁੱਤ ਦੀ ਭੂਮਿਕਾ ਨਹੀਂ ਪਾਉਣੀ ਚਾਹੀਦੀ ਕਿਸੇ ਵੇਲੇ ਤੁਸੀਂ ਆਪਣਾ ਰੋਸਾ ਜ਼ਾਹਰ ਵੀ ਜ਼ਰੂਰ ਕਰ ਦਿਓ ਕਿ ਆ ਨਹੀਂ ਠੀਕ ਹੋਇਆ ਪਰ ਤੁਹਾਨੂੰ ਸ਼ਾਮਲ ਹੋਣਾ ਚਾਹੀਦਾ ਕਿ ਜੋ ਸਾਡੀਆਂ ਸੰਸਥਾਵਾਂ ਲੋਕ ਰਾਜੀ ਸੰਸਥਾਵਾਂ ਨੇ ਉਹਨਾਂ ਵਿੱਚ ਜ਼ਰੂਰ ਆਪਣਾ ਰੋਲ ਅਦਾ ਕਰੋ ਜਿੰਨਾ ਕਰ ਸਕਦੇ ਹੋ ਜੇ ਤੁਹਾਨੂੰ ਨਹੀਂ ਰੋਲ ਅਦਾ ਕਰਨ ਤਾਂ ਜਾ ਰਿਹਾ ਫਿਰ ਛੱਡ ਗਿਆ ਹੁਣ ਤੁਸੀਂ ਗੱਲ ਕਰ ਰਹੇ ਕਿ ਪਾਸ਼ਾ ਵਿਭਾਗ ਮੈਨੂੰ ਲੱਗਦਾ ਪੰਜਾਬ ਦਾ ਵੱਡਾ ਨਾਮ ਹੁੰਦਾ ਉਹ ਵਾਪਸ ਕੀਤਾ ਫਿਰ ਸਿਹਤ ਅਕੈਡਮੀ ਫਿਰ ਪਦਮਸ਼ਰੀ ਪਰ ਜਦੋਂ ਕਿਤੇ ਸੋਸ਼ਲ ਮੀਡੀਆ ਤੇ ਦੇਖਦੇ ਆ ਉਹ ਇੱਕ ਇਸ ਤਰ੍ਹਾਂ ਦਾ ਲੱਗਦਾ ਕਿ ਜਿਵੇਂ ਤੁਹਾਡੀ ਜਾ ਤੁਹਾਡੀ ਚੁੱਪਾ ਹਲੀਮੀਆ ਜੰਨੀ ਮਰਤਾਇਆ ਹਨਾ ਉਹਨੂੰ ਇਸ ਤਰ੍ਹਾਂ ਟ੍ਰਾਂਸਲੇਟ ਕਰ ਦਿੱਤਾ ਜਾਂਦਾ ਕਿ ਜਿਵੇਂ ਚੁੱਪ ਰਹਿ ਕੇ ਪਾਤਰ ਸਾਹਿਬ ਸਨਮਾਨ ਤੇ ਉਹ ਲੈਣਾ ਚਾਹੁੰਦੇ ਹੋਣਗੇ ਗਿਆਨ ਤਾਂ ਇੰਦਾਂ ਦਾ ਵੀ ਮੈਂ ਬੰਦੇ ਲਿਖਿਆ ਵੀ ਅੱਛਾ ਪਦਮਸ਼ਰੀ ਤਾਂ ਮੋੜਨ ਦੀ ਖਤ ਲਿਖ ਦਿੱਤਾ ਪਰ ਪੈਸੇ ਨਹੀਂ ਮੋੜੇ ਇਹਨਾਂ ਜੋ ਮਿਲੇ ਮੈਂ ਕਿਹਾ ਵੀ ਪੈਸਾ ਤਾਂ ਹੁਣ ਇਹ ਮੈਂ ਕਿਹਾ ਇਹ ਮੈਂ ਤੈਨੂੰ ਕਿਵੇਂ ਮੈਂ ਕਿਸੇ ਨੂੰ ਕਿਹਾ ਵੀ ਤੂੰ ਲਿਖ ਦੀ ਮੇਰੇ ਬਲ ਨੂੰ ਜੀ ਪੈਸਾ ਕੋਈ ਨਹੀਂ ਹੁੰਦਾ ਪਦਮਸ਼ਰੀ 'ਚ ਕੋਈ ਨਾਲ ਪੈਸੇ ਸਹਾਨੀ ਨਹੀਂ ਹੁੰਦਾ ਜਾਂ ਕੋਈ ਸਹੂਲਤ ਵੀ ਨਹੀਂ ਹੁੰਦੀ ਤੁਹਾਨੂੰ ਕੀ ਕੋਈ ਕੋਈ ਆਹਤਨ ਉਸ ਪਦਮਸ਼ੀਰਵਾ ਹੁਣ ਤੁਹਾਨੂੰ ਗੱਡੀ ਸਰਕਾਰੀ ਹੋ ਗਈ ਕੁਝ ਮਤਲਬ ਉਹ ਤੇ ਕੁਝ ਨਹੀਂ ਹੁੰਦਾ ਤੇ ਪਰ ਉਹ ਜਿਵੇਂ ਹੁਣ ਲਿਖਣ ਵਾਲੇ ਕਿ ਉਹ ਜੀ ਹੁਣ ਸਾਰਾ ਪੈਸਾ ਵੀ ਮੋੜ ਦਿਓ ਮੈਂ ਕਿ ਪੈਸਾ ਹੈ ਹੀ ਨਹੀਂ ਸੀ ਮੋੜੀਏ ਮੋੜੀਏ ਕੀ ਬਹੁਤ سارے ਉਹ ਲੋਕ ਐਕਚੁਅਲੀ ਕਿਉਂਕਿ ਫੇਸਬੁੱਕ ਚ ਸਾਰੇ ਲੋਕ ਕੋਈ ਵੀ ਬੰਦਾ ਪਾਰਟਿਸਪੇਟ ਕਰ ਸਕਦਾ ਜਿਹਨਾਂ ਨੂੰ ਕੋਈ ਪਾਤਰ ਸਾਹਿਬ ਦੀ ਕੋਈ ਗਜ਼ਲ ਨਹੀਂ ਪੜੀ ਕੋ ਕੁਝ ਨਹੀਂ ਪੜਿਆ ਉਹ ਵੀ ਵਿੱਚ ਆਪਣੇ ਨਾ ਚਲੋ ਇੱਕ ਗੱਲ ਨੂੰ ਮੈਂ ਕਿਹਾ ਚੰਗਾ ਕਿ ਇੱਕ ਜੇ ਸੰਵਾਦ ਚੱਲਦੇ ਰਹਿੰਦੇ ਤੇ ਇੱਕ ਸਾਂਝੀ ਜਿਹੜਾ ਚੇਤ ਐਵਰੇਜ ਚੇਤਨਾ ਦਾ ਲੈਵਲ ਸ਼ਾਇਦ ਉੱਚਾ ਹੁੰਦਾ ਹੋਵੇ ਬੀਜੀ ਐ ਸਿਰਫ ਕਿ ਇੱਕ ਕਸੀ ਉਹ ਕਾਇਮ ਰੱਖੀਏ ਸਿਲਿਕਾ ਹਨਾ ਤੇ ਜਿਹਨੂੰ ਕਿ ਨੇ ਸੁਸ਼ੀਲਤਾ ਕਾਇਮ ਰੱਖੀਏ ਤਾਂ ਸ਼ਾਇਦ ਇਸ ਸੰਭਾਲ ਚੋਂ ਵੀ ਕੁਝ ਜੰਗਾ ਨਿਕਲੇ ਹੁਣ ਸ਼ਬਦਾਂ ਦੀਆਂ ਕਈ ਅਰਥ ਪੈਹਾਂ ਹੁੰਦੀਆਂ ਤੇ ਇੱਕ ਜਿਹੜੀ ਗੱਲ ਚਲੀ ਜਦੋਂ ਕਿਸਾਨੀ ਅੰਦੋਲਨ ਤੁਸੀਂ ਸ਼ਬਦ ਮੇਲਾ ਵਰਤੇ ਆ ਤੇ ਉਹਨੂੰ ਮੇਲੇ ਨੂੰ ਲੈ ਕੇ ਐ ਕੀਤਾ ਗਿਆ ਕਿ ਇਹ ਬਦਰੋਹ ਹੈਗਾ ਆ ਤੇ ਪੱਤਰ ਇਹਨਾਂ ਨੂੰ ਮੇਲਾ ਕਹਿ ਰਿਹਾ ਤੇ ਇਹ ਕੀ ਗੱਲ ਹੋਈ ਆ ਇਹਨਾਂ ਨੂੰ ਮੇਲਾ ਦੀਦਾ ਹੈ ਨਾ ਮੇਲੇ ਦੇ ਉਹਨਾਂ ਨੇ ਬੜੇ ਸੁਧਾਰਨ ਜਿਹੇ ਜਿਹੜੇ ਸ਼ਬਦ ਕੋਸ਼ੀ ਅਰਥ ਹੁੰਦੇ ਆ ਵੀ ਜਸ਼ਨ ਨਾਲ ਹੀ ਜੋੜ ਲਿਆ ਉਸ ਜਸ਼ਨ ਚ ਵੀ ਕੀ ਮੈਂ ਕਹਾਂ ਵੀ ਦੇਖੋ ਅਸੀਂ ਜੋੜ ਮੇਲਾ ਸਾਡਾ ਜਿਹੜੇ ਸਾਬ ਜਾਨ ਦੇ ਸ਼ਹੀਦਿਆਂ ਨੂੰ ਉਹਨਾਂ ਨੇ ਜੋੜ ਮੇਲਾ ਜੀ ਸੋ ਉਹਦਾ ਮਤਲਬ ਜਾਂ ਜਦੋਂ ਪਗ ਸ਼ਹੀਦ ਭਗਤ ਸਿੰਘ ਦੀ ਘੋੜੀ ਗਾਈ ਜਾਂਦੀ ਹੈ ਨਾ ਕਿ ਤੂੰ ਲਾੜਾ ਬਣਿਆ ਸਰਵਾਲੇ ਬਣੇ ਮਤਲਬ ਉਹ 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 ਘੋੜੀ ਨਹੀਂ ਸੀ ਕਿ ਮਤਲਬ ਉਹ ਕੋਈ ਵਿਆਹ ਨਹੀਂ ਜਾ ਰਹੀ ਸੀ ਪਰ ਉਹਦੇ ਲਈ ਇੱਕ ਜਿਹੜੀ ਜਿਹੜਾ ਜਿਹੜਾ ਅਲੰਕਾਰ ਵਰਤਿਆ ਗਿਆ ਜਾਂ ਰੂਪਕ ਵਰਤਿਆ ਗਿਆ ਉਹਦੇ ਬਹੁਤ ਅਰਥ ਹੁੰਦੇ ਆ ਤੇ ਸੋ ਇਹ ਮਿੱਲਾ ਲਫਜ਼ ਵੀ ਆਇਆ ਸੀਗਾ ਮੈਂ ਉਹਨੂੰ ਮਤਲਬ ਮੈਨੂੰ ਉਹਦਾ ਕੀ ਇੱਕ ਮੁੰਡੇ ਨੇ ਸ਼ਾਇਦ ਬਾਜਤ ਨੇ ਲਿਖੀ ਕਪਤਾਨਾ ਤੇ ਮੈਂ ਫੋਨ ਕੀਤਾ ਮੈਂ ਕਿਹ ਦੇਖ ਗੱਲ ਇਹ ਆ ਕਿ ਅ ਜਿਹੜਾ ਕਿਨੇ ਵੀ ਚੜ੍ਹਦੀ ਕਲਾ ਹੈ ਨਾ ਉਹਦਾ ਮਤਲਬ ਇਹ ਹੀ ਆ ਕਿ ਅਸੀਂ ਉਸ ਚੀਜ਼ ਨੂੰ ਅ ਇੱਕ ਇਸ ਤਰ੍ਹਾਂ ਲੈਨੇ ਆ ਕਿ ਅਸੀਂ ਇਹ ਜ਼ਿੰਦਗੀ ਦਾ ਜੇ ਜੇ ਅਸੀਂ ਇਕੱਠੇ ਆ ਹੈ ਨਾ ਕਿ ਜੇ ਅਸੀਂ ਮੇਲਾ ਜੇ ਅਸੀਂ ਇਕੱਠੇ ਹੋ ਗਏ ਤਾਂ ਸਮਝੋ ਇਹ ਮੇਲਾ ਹੀ ਆ ਜੀ ਜੀ ਕਿ ਔਰ ਉਹ ਹੋਇਆ ਵੀ ਉੱਥੇ ਆ ਅਖੀਰ ਮੇਲੇ ਵਾਂਗ ਹੀ ਕਿ ਕੁੜੀਆਂ ਸਿੱਠਣੀਆਂ ਆ ਘਾਰੀਆਂ ਬਿਲਕੁਲ ਕੋਈ ਨਹੀਂ ਅਖੀਰ ਉਹ ਆਪ ਵੀ ਕਹਿੰਦੀ ਵੀ ਸਾਡਾ ਇਹ ਮੇਲਾ ਹੀ ਆ ਮੇਕੇ ਮਿੱਲਾ ਕਹਿਣ ਚੀ ਸੰਘਰਸ਼ ਕਰਨ ਵਾਲਿਆਂ ਦੀ ਸ਼ਕਤੀ ਆ ਵੀ ਸਾਡੇ ਲਈ ਮੈਨੂੰ ਤਾਂ ਲੱਗਦਾ ਉੱਥੇ ਸਾਰੀਆਂ ਹੀ ਕਲਾਮਾਂ ਦਾ ਪ੍ਰਦਰਸ਼ਨ ਹੋਇਆ। ਜਾਂ ਜਿਵੇਂ ਕਿ ਨੇ ਵੀ ਲਾੜੀ ਮੌਤ ਬਿਉਣ ਚੱਲਿਆ। ਹੁਣ ਮੌਤ ਨੂੰ ਬੰਦਾ ਕਹੋ ਤੂੰ ਉਹਨੂੰ ਲਾੜੀ ਕਹਿੰਦੇ। ਉਹ ਬੰਦਾ ਮਰ ਰਿਹਾ ਤੇ ਤੂੰ ਉਹਨੂੰ ਲਾੜੀ ਕਹਿੰਦੇ। ਸੋ ਉਹ ਮਤਲਬ ਮੈਂ ਇਹ ਕਹਨਾ ਕਿ ਜੇ ਲੋ ਕਿਸੇ ਨੇ ਕਿਹਾ ਜੇ ਉਹਦਾ ਕੁਝ ਕਿਸੇ ਨੇ ਜਵਾਬ ਦਿੱਤਾ ਤੇ ਸ਼ਾਇਦ ਇਸ ਨਾਲ ਹੀ ਸਾਡੀ ਚੇਤਨਤਾ ਦਾ ਲੈਵਲ ਉੱਪਰ ਹੋਗਾ। ਮੌਤ ਸੀ ਨੇ ਕੀ ਇਸ ਬਾਰੇ ਲਿਖਦੇ ਆ ਗੱਲ ਕੀਤੀ ਸੀ ਕਿ ਕੀਟਸ ਨੂੰ ਕਿਸੇ ਬਿਮਾਰੀ ਨਾਲ ਨਹੀਂ ਮਾਰਿਆ ਹਮ ਇੱਕ ਰਸਾਲੇ ਵਿੱਚ ਉਹਨਾਂ ਦੀ ਕਵਤਾ ਬਾਰੇ ਜਿਹੜੇ ਨਰਾਦਰ ਤੇ ਨਫ਼ਰਤ ਭਰੀ ਆਲੋਚਨਾ ਹੋਈ ਸੀ ਵੀ ਉਹ ਉਸ ਨੇ ਉਹਨੂੰ ਮਾਰਿਆ ਔਰ ਜੇ ਮੈਂ ਤੁਹਾਡੇ ਹਵਾਲੇ ਨਾਲ ਗੱਲ ਕਰਾਂ ਇੱਕ ਪਾਸੇ ਤਾਂ ਤੁਹਾਡੇ ਪ੍ਰਸ਼ੰਸਕਾਂ ਦਾ ਬਹੁਤ ਲੰਬਾ ਹਮ ਕਾਫਲਾ ਆ ਔਰ ਦੂਸਰੇ ਪਾਸੇ ਕੋਈ ਜੋ ਲੋਕ ਵੀ ਆ ਕਿ ਜਿਹੜੇ ਮਿੱਥ ਕੇ ਵੀ ਲਿਖਦੇ ਆ ਹਣਾ ਜਿਵੇਂ ਈਵਨ ਗਰਬਚਨ ਹੁਣਾਂ ਨੇ ਬਹੁਤ ਕੜਤਨ ਨਾਲ ਲਿਖਿਆ ਮੈਨੂੰ ਇਹ ਲੱਗਦਾ ਕਿ ਉਹ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਪੜਦੇ ਆ ਤੁਸੀਂ ਤੇ ਉਹਨੂੰ ਕਿਵੇਂ ਰਿਸਪੌਂਡ ਕਰਦੇ ਹੋ ਆਪਣੇ ਅੰਦਰੋਂ ਮੈਂ ਇੱਕ ਲੇਖ ਲਿਖਿਆ ਸੀ ਗੁਲਬੀਰ ਕੇ ਸ਼ੀਸ਼ੇ ਤੇ ਚਿਹਰੇ ਕਿ ਜਿਵੇਂ ਉੱਚ ਲਿਖਿਆ ਕਿ ਜਿਹੜਾ ਇੱਕ ਚਿਹਰਾ ਹੁੰਦਾ ਇੱਕ ਸ਼ੀਸ਼ਾ ਹਨਾ ਸ਼ੀਸ਼ਾ ਤੁਹਾਨੂੰ ਤਰਲ ਚਿਹਰਾ ਦਿਖਾਉਂਦਾ ਜੀ ਤੇ ਉਹਦੇ ਚ ਮੈਂ ਇੱਕ ਸ਼ੇਰ ਹੈ ਸ਼ਾਇਰ ਬਿਨਦਾ ਫਾਜ਼ਿਲ ਦਾ ਸ਼ੇਰ ਹੈ ਕਿ ਆਪਣਾ ਚਿਹਰਾ ਨਾ ਬਦਲਾ ਗਿਆ ਆਇਨੇ ਸੇ ਖਫਾ ਹੋ ਗਏ ਕੀ ਬਾਤ ਹੈ ਮਤਲਬ ਜਰਮਾ ਹਲੋਚਨਾ ਆਪਣੇ ਬਾਰੇ ਪੜਦਾ ਤਾਂ ਮੇਰੇ ਮਨ ਚ ਮੈਂ ਆਪਣੇ ਤੇ ਸਵੈ ਹਲੋਚਨਾ ਵੀ ਕਰਦਾ ਮੇਰੀ ਇਹਨੀ ਪਹਿਲੀ ਗ਼ਜ਼ਲਾਂ ਦੀ ਕਿਤਾਬ ਦਾ ਪਹਿਲਾ ਸ਼ੇਰ ਇਹ ਹੋਆ ਕਿ ਉਜਲੇ ਸ਼ੀਸ਼ੇ ਸੰਮੁਖ ਮੈਨੂੰ ਗਿਰਤਕ ਨਾਕਲੇਰ ਮੈਲੇ ਮਨ ਵਾਲੇ ਮੁਜਰਮ ਨੂੰ ਇਸ ਮੋਤੇ ਨਾ ਮਾਰ ਕੇ ਮੇਰੇ ਮਨ ਮੈਂ ਮਤਲਬ ਜਾਂ ਮੇਰੀ ਬਹੁਤ ਸਾਰੀ ਕਵਤਾ ਜਿਹੜੀ ਹੈ ਉਹ ਇਦਾਂ ਦੀ ਹੈ ਕਿ ਜਿਹਦੇ ਚ ਇੱਕ اخلاقی ਤਨਾਅ ਦੀ اخلاقی ਤਨਾਅ ਆ ਜਾਂ ਆਤਮ ਚਾਤ ਜਾਂ ਦੂਰ ਜੇਕਰ ਜੇ ਸਵੇਰਾ ਹੈ ਇਸੇ ਕਾਫੀ ਕਸੂਰ ਮੇਰਾ ਹੈ ਜਾਂ ਗਾਂ ਵੀ ਮੈਂ ਆ ਆਪਣੀ ਜਾਨ ਦੀ ਖਾਤਰ ਹਜ਼ਾਰਾਂ ਆਪਣੀਆਂ 17ਾਂ ਦਾ ਇਦਾਂ ਕਤਲ ਕੀਤਾ ਹੈ ਉਹਨਾਂ 17ਾਂ ਦੀਆਂ ਰੂਹਾਂ ਮੇਰੇ ਅਕਸਰ ਚਫੇਰੇ ਫਿਰਦੀਆਂ ਹੀ ਰਹਿੰਦੀਆਂ ਨੇ ਤੇ ਮੈਨੂੰ ਕਹਿੰਦੀਆਂ ਨੇ ਕਵੀ ਸਾਹਿਬ ਤੁਸੀਂ ਕਵੀ ਹੋ ਜਾਂ ਕਿ ਕਵਤਾ ਦੇ ਕਾਤਲ ਹੋ ਸੋ ਮੈਂ ਇਦਾਂ ਨਹੀਂ ਸਮਝਦਾ ਕਿ ਮੈਂ ਕੋਈ ਉਹ ਤੋਂ ਸਾਰੇ ਕੁਝ ਤੋਂ ਉੱਪਰ ਚਲਾ ਗਿਆ ਮੈਂ ਸਾਰੇ ਕੁਝ ਨੂੰ ਯਾਨੀ ਲੋਚਨੋਂ ਮੈਂ ਬਹੁਤ ਗੰਭੀਰਤਾ ਨਾਲ ਇਹਨਾਂ ਸੋਚਦਾ ਵੀ ਆ ਕਿ ਵੀ ਜੋ ਇਹ ਕਹਿ ਰਿਹਾ ਏ ਠੀਕ ਹੈ ਜਾਂ ਠੀਕ ਨਹੀਂ ਆ ਸੋ ਮੇਰੇ ਮਨ ਚ ਇੱਕ ਜਰੂਰ ਸੰਘਰਸ਼ ਚੱਲਦੇ ਆ ਤੇ ਆਲੋਚਨਾ ਤੁਹਾਨੂੰ ਦੁੱਖ ਜਰੂਰ ਦਿੰਦੀ ਆ ਮੈਂ ਉਹ ਚ ਲਿਖਿਆ ਵੀ ਮੈਂ ਉਸ ਉਹਨਾਂ ਪਲਾਂ ਚ ਮੈਂ ਕਈ ਜੂਨਾ ਪਲਟਦਾ ਮੈਨੂੰ ਮੈਂ ਖਫਾ ਵੀ ਹੁੰਨਾ ਮੈਂ ਦੁਖੀ ਵੀ ਹੁੰਨਾ ਆहत ਵੀ ਹੁੰਨਾ ਤੇ ਫਿਰ ਅਖੀਰ ਮੈਂ ਕਿਸੇ ਕਿ ਸੇ ਥਾਤੇ ਕਿਸੇਂ ਦੀ ਇਹਦੇ ਪਹੁੰਚਦਾ ਕਿ ਕਿ ਇਹ ਇਦਾਂ ਕਿ ਇਦਾਂ ਇਹ ਹੋ ਸਕਦੀ ਆ ਤੇ ਉਹਦੇ ਵਿੱਚ ਮੈਂ ਜਣੀ ਜਿਹੜਾ ਸ਼ੀਸ਼ਾ ਤੇ ਚਿਹਰਾ ਵਿੱਚ ਮੈਂ ਕੀਟਸ ਦਾ ਜ਼ਿਕਰ ਕੀਤਾ ਕਿ ਕੀਟਸ ਦੀ ਜਦੋਂ ਮੌਤ ਹੋਈ ਬਹੁਤ ਉਹਦੀ ਮੇਰੇ ਖਿਆਲ ਚ 28 ਸਾਲ ਦੀ ਉਮਰ ਚ ਹੋਈ だっते ਉਹਦੀ ਮੌਤ ਤੇ ਫਿਰ ਸ਼ੈਲੀ ਵੀ ਵੀ ਸ਼ੈਲੀ ਨੇ ਪੋਇਮ ਲਿਖੀ ਸੀ ਉਹ ਕਹਿੰਨਾ ਕਿ ਜਦੋਂ ਮਤਲਬ ਕੀਟਸ ਦੀ ਮੌਤ ਹੋਈ ਹੈ ਨਾ ਤਾਂ ਇੱਕ ਵੀ ਕੀਟਸ ਨੂੰ ਕਿਸ ਨੇ ਮਾਰਿਆ ਹੈ ਨਾ ਉਹਦਾ ਤੇ ਕਿਨਾਂ ਇੱਕ ਕ੍ਰੈਮ ਆਸਿਕ ਪੱਤਰ ਕਾ ਬੋਲੀ ਮੈਂ ਮਾਰਿਆ ਹੂੰ ਤੋ ਮੈਨੂੰ ਜਾਨੀ ਉਹ ਫਿਰ ਉਹ ਤੋਂ ਬਾਅਦ ਕੀ ਹੋਇਆ ਕਿ ਇਦਾਂ ਜਦੋਂ ਉਹਦੀ ਇਹ ਚੈਲੰਜ ਨੋ ਪੋਇਮ ਲਿਖੀ ਤਾਂ ਉਹਦੇ ਜਵਾਬ ਚ ਸ਼ਾਇਦ ਬਾਇਰਨ ਲਾਰਟ ਬਾਇਰਨ ਜਾਂ ਬਰਾਊਨਿੰਗ ਮੈਂ ਥੋੜਾ ਜਿਹਾ ਬਾਇਰਨ ਜਾਨੀ ਮੇਰੇ ਖਿਆਲ ਚ ਬਾਇਰਰ ਉਹਨੇ ਕਵਤਾ ਲਿਖੀ ਕਿੰਦਾ ਕਿ ਮੈਂ ਕਹਿੰਦਾ ਕਿ ਕੀਟਸ ਵਰਗੀ ਅਗਨੇ ਹਨਾ ਕੀਟਸ ਵਰਗੀ ਲਾਰਟ ਨੇ ਇਹਨਾਂ ਦੋ ਸ਼ਬਦਾਂ ਨਾਲ ਆਪਣੇ ਆਪ ਨੂੰ ਬੁੱਝ ਜਾਣ ਦਿੱਤਾ ਕਿਉਂ ਹਨਾ ਕਹਿੰਦਾ ਜੀ ਮੈਂ ਹੁੰਦਾ ਮੈਂ ਤਾਂ ਕਦੀ ਨਾ ਇਸ ਤਰ੍ਹਾਂ ਮਰਦਾ ਹਨਾ ਕਹਿੰਦਾ ਮੈਂ ਤਾਂ ਮਤਲਬ ਆਲੋਚਕ ਨੂੰ ਗਾਲ੍ਹਾਂ ਪਾ ਕੇ ਚਿੱਠੀ ਲਿਖਦਾ ਤੇ ਰਿਲੈਕਸ ਹੋ ਜਾਂਦਾ ਤੇ ਕਿਨ ਮੈਂ ਸ਼ਾਂਤ ਹੋ ਜਾਂਦਾ ਸੋ ਆਲੋਚਨਾ ਪ੍ਰਤੀ ਕਵੀਆਂ ਦੇ ਯਾਨੀ ਜਿਹੜੇ ਪ੍ਰਤੀਕਰਮ ਹੈ ਉਹ ਵੱਖਰੇ ਵੱਖਰੇ ਹੋ ਸਕਦੇ ਆ ਬਹੁਤ ਤਰ੍ਹਾਂ ਦੇ ਹੋ ਸਕਦੇ ਆ ਸੋ ਮੈਂ ਉਹ ਸਾਰੀ ਚੀਜ਼ ਨੂੰ ਇਦਾਂ ਇਦਾਂ ਸਮਝਦਾ ਕਿ ਮੈਂ ਸਵੈ ਆਲੋਚਕ ਵੀ ਤਾਂ ਹੈਗਾ ਹੀ ਆ ਪੀ ਤਦਕੁ ਮੈਂ ਇਹਦਾ ਮਹਿਸੂਸ ਕਰਦਾ ਕਿ ਜਿਹੜੇ ਅਸੀਂ ਅਸੀਂ ਜਿਹੜੇ ਜਿਹੜੇ ਆਦਰਸ਼ ਨੇ ਸਾਡੇ ਮੰਨ ਲਓ ਅਸ ਕੀ ਸਾਡੇ ਆਦਰਸ਼ ਸੂਫੀ ਨੇ ਜਾਂ ਸਾਡੇ ਆਦਰਸ਼ ਗੁਰੂ ਨੇ ਹਨਾ ਉਹ ਕਿਸ ਨੂੰ ਆਦਰਸ਼ਾਂ ਦੇ ਹਾਣ ਦੇ ਹੈਗੇ ਆ ਤੋ ਮੈਂ ਕਹਿੰਦਾ ਕਿ ਨਹੀਂ ਪਿਓ ਆਦਰਸ਼ ਬਹੁਤ ਜਿਵੇਂ ਉਹ ਉਜਲੇ ਸ਼ੀਸ਼ੇ ਉਹ ਉਜਲੇ ਸ਼ੀਸ਼ੇ ਜਿਨਾ ਚਿਰ ਅਸੀਂ ਚਿਹਰਾ ਦੇ ਦਿੰਦੇ ਕਿ ਯਾਰ ਮੈਨੂੰ ਜਾ ਤੇਰੇ ਨਾਲ ਖੜੇ ਕਰ ਇਸ ਕਿ ਉੱਥੇ ਸਮਝੋ ਕਿ ਉਹ ਤੁਹਾਡੀ ਤੁਹਾਡੀ ਆਪਣੀ ਇੱਕ ਅ ਜੇਨ ਕਰੇ ਆਤਮ ਪਰਚੋਲੇ ਆਤਮ ਪਰਚੋਲ ਨੂੰ ਮੈਂ ਸਮਝਦਾ ਕਿ ਉਹ ਹਰ ਕਵੀ ਲਈ ਬਹੁਤ ਜ਼ਰੂਰੀ ਹੈ ਪਰ ਇਹ ਕਿ ਉਹ ਉਸਨੇ ਉਹ ਸਾਰੇ ਕੁਸ਼ ਤੋਂ ਪਾਰ ਹੋਣਾ ਹੁੰਦਾ ਤੋ ਮੈਂ ਇਦਾਂ ਉਸ ਤੋਂ ਪਾਰ ਹੋਣਾ ਉਹ ਸਾਰੀ ਚੀਜ਼ ਤੋਂ ਕਿ ਮੈਂ ਸਮਝ ਲਵਾਂ ਕਿ ਉਹ ਸਾਰੀ ਨੂੰ ਇੱਕ ਇਹ ਪੂਰੇ ਪ੍ਰਸੰਗ ਚ ਪਾ ਲੈਣਾ ਕਿ ਆਪਣੀ ਜ਼ਿੰਦਗੀ ਦੇ ਪ੍ਰਸੰਗ ਚ ਔਰ ਮੰਨ ਲਓ ਜਿੱਥੇ ਮੈਨੂੰ ਕਿ ਇੱਥੇ ਮੈਨੂੰ ਇਦਾਂ ਕਰਨ ਦੀ ਜ਼ਰੂਰਤ ਹੈ ਮੈਂ ਉਸ ਉਸ ਨੂੰ ਅਪਣਾਉਣਾ ਵੀ ਹੈ ਹਣਾ ਤੇ ਮੈਂ ਤੁਹਾਨੂੰ ਇੱਕ ਛੋਟੀ ਜੀ ਕਵਤਾ ਸੁਣਾਉਣਾ ਕਿ ਮੈਂ ਮੈਂ ਕਿਦਾਂ ਕਿਦਾਂ ਮਹਿਸੂਸ ਕਰਦਾ ਹਾਂ ਤੇ ਮੈਂ ਉਹ ਨ ਪਲਾਂਚੋਂ ਉਹ ਨ ਪਲਾਂਚੋਂ ਇੱਕ ਵਾਰ ਲੰਘਣ ਤੋਂ ਬਾਅਦ ਮੈਂ ਆਇ ਇੱਕ ਤਿੰਨ ਚਾਰ ਸ਼ੇਲ ਲਿਖੇ ਮੈਂ ਤੁਹਾਨੂੰ ਸੁਣਾਉਣਾ ਚਾਹਾਂ ਮੈਂ ਲਿਖਿਆ ਕਿ ਹੋ ਗਿਆ ਸਾਫ ਤਲ ਸੰਭਲ ਗਏ ਮੇਰੇ ਜਲ ਕੀ ਬਾਤ ਹੋ ਗਿਆ ਸਾਫ ਤਲ ਸੰਭਲ ਗਏ ਮੇਰੇ ਜਲ ਮੈਂ ਤਾਂ ਪੱਥਰ ਨੂੰ ਤੈਅ ਵਿੱਚ ਲਕੋ ਵੀ ਲਿਆ ਹੂੰ ਨੀਰ ਵਿੱਚ ਨੀਰ ਨੂੰ ਸੀ ਕਿਨੇ ਵੇਖਣਾ ਹੂੰ ਨੀਰ ਵਿੱਚ ਨੀਰ ਨੂੰ ਸੀ ਕਿਨੇ ਵੇਖਣਾ ਮੇਰੇ ਪਾਣੀ ਨੇ ਚੁੱਪਚਾਪ ਰੋ ਵੀ ਲਿਆ ਕਿਆ ਬਾਤ ਮੇਰੇ ਪਾਣੀ ਨੇ ਚੁੱਪਚਾਪ ਰੋ ਵੀ ਲਿਆ ਜ਼ਹਿਰ ਤੇਰੀ ਤਾਂ ਮੈਂ ਹਾਜ਼ਮ ਵੀ ਕਰ ਲਈ ਹੂੰ ਜ਼ਹਿਰ ਤੇਰੀ ਤਾਂ ਮੈਂ ਹਾਜ਼ਮ ਵੀ ਕਰ ਲਈ ਤੇਰੀ ਨਫ਼ਰਤ ਤਾਂ ਮੈਂ ਨਜ਼ਮ ਵੀ ਕਰ ਲਈ ਕਿਆ ਬਾਤ ਹੈ ਬਹੁਤ ਜ਼ਹਿਰ ਤੇਰੀ ਤਾਂ ਮੈਂ ਹਜ਼ਮ ਵੀ ਕਰ ਲਈ ਤੇਰੀ ਨਫ਼ਰਤ ਤਾਂ ਮੈਂ ਨਜ਼ਮ ਵੀ ਕਰ ਲਈ ਤੂੰ ਜੋ ਬਖਸ਼ੇ ਸੀ ਪੱਥਰ ਉਹ ਫੁੱਲ ਬਣ ਗਏ ਤੂੰ ਜੋ ਬਖਸ਼ੇ ਸੀ ਪੱਥਰ ਉਹ ਫੁੱਲ ਬਣ ਗਏ ਮੈਂ ਤੁਕਾਂ ਵਿੱਚ ਉਹਨਾਂ ਨੂੰ ਪਰੋ ਵੀ ਲਿਆ ਕਿਆ ਬਾਤ ਹੈ ਕਿਆ ਬਾਤ ਹੋ ਗਿਆ ਸਾਫਤਲ ਸੰਭਲ ਗਏ ਮੇਰੇ ਜਲ ਮੈਂ ਤਾਂ ਪੱਥਰ ਨੂੰ ਤੇ ਵਿੱਚ ਲੁਕੋ ਵੀ ਲਿਆ ਕਿਆ ਬਾਤ ਸੋ ਉਹਨਾਂ ਪਲਾਂ ਤੋਂ ਉਹਨਾਂ ਪਲਾਂ ਤੋਂ ਲੰਘਣਾ ਵੀ ਜ਼ਰੂਰੀ ਆ ਉਹਨੂੰ ਪਾਰ ਕਰਾ ਉਹ ਵੀ ਤੁਹਾਨੂੰ ਕੁਝ ਦੇਖੇ ਜਾਂਦੇ ਆ ਕਿਆ ਬਾਤ ਜੇ ਤੁਸੀਂ ਜ਼ਹਿਰ ਹਾਜ਼ਮ ਕਰ ਲਓ ਸਮਝ ਲਓ ਕਿ ਤੁਹਾਨੂੰ ਕੁਝ ਉਹ ਨਜ਼ਮ ਬਣ ਕੇ ਕਿਉਂਕਿ ਆਕ ਆਕ ਵੀ ਦਵਾਈ ਹੁੰਦਾ ਸੋ ਉਹਦਾ ਵੀ ਕੁਝ ਹਲੋ ਤੇ ਨੂੰ ਗੰਮੀਰਤਾ ਨਾਲ ਲਵਾ ਠੀਕ ਆ ਵੀ ਮੈਂ ਮੈਂ ਤੈਨੂੰ ਸੁਣ ਰਿਹਾ ਸੋ ਉਹ ਵੀ ਕੋਈ ਤੁਹਾਨੂੰ ਦੇਖੇ ਜਾਂਦੇ ਆ ਅੱਛਾ ਤਾਂ ਸਭ ਇੱਕ ਹੋਰ ਮਸਲਾ ਜਦੋਂ ਪਹਿਲੀ ਵਾਰੀ ਉੱਠਿਆ ਸੀਗਾ ਕਿ ਇੱਕ ਤਸਾਹੇ ਦਾ ਖੇਤਰ ਆ ਇੱਕ ਸਾਹੇ ਦੇ ਨਾਲ ਸਿਆਸਤ ਦਾ ਹਮ ਹਮ ਇੱਕ ਸਾਹੇ ਦੇ ਵਿੱਚ ਵੀ ਸਿਆਸਤ ਆ ਹਮ ਜਦੋਂ ਤੁਸੀਂ ਆਪਣੇ ਹਮ ਜਵਾਤੀ ਜਾਂ ਆਪਣੇ ਮਿੱਤਰ ਸਤਿੰਦਰ ਸਿੰਘ ਨੂਰ ਦੇ ਹਮ ਬਰ ਖਿਲਾਫ ਉਹਨਾਂ ਦੇ ਵਿਰੋਧ ਵਿੱਚ ਇੱਕ ਚੋਣ ਲੜਦੇ ਹੋ ਲੁਧਿਆਣਾ ਚ ਹੈਨਾ ਮੈਂ ਇੱਕ ਇੱਕ ਗੱਲ ਕੀਤੀ ਸੀ ਕਿ ਚੋਣ ਮੇਰੇ ਖਿਲਾਫ ਨੂਰ ਸਾਹਿਬ ਨੇ ਲੜੀ ਸੀ ਮੈਂ ਨੀਸਨ ਖਿਲਾਫ ਲੜੀ ਉਹ ਕਿ ਉਹ ਇਦਾਂ ਮੈਂ ਇਹ ਤਾਂ ਕਹਿ ਰਿਹਾ ਕਿ ਮੈਂ ਉਦੋਂ ਕਾਇਮ ਮੁਕਾਮ ਪ੍ਰਧਾਨ ਸੀਗਾ ਓਕੇ ਮੈਂ ਇੱਕ ਇੱਕ ਪੂਰੀ ਮੇਰੀ ਟਰਮ ਹੈ ਕੀਤੀ ਸੀ ਕੀਤੀ ਸੀ ਤੇ ਮੈਂ ਉਦੋਂ ਪ੍ਰਧਾਨ ਹੀ ਸੀਗਾ ਜਦੋਂ ਚੋਣ ਦੁਆਰਾ ਸੋ ਮੈਂ ਇਦਾਂ ਕਿਹਾ ਉਹ ਨਾ ਕਿ ਚੋਣ ਮੈਂ ਨਹੀਂ ਸੀ ਨੂਰ ਸਾਹਿਬ ਦੇ ਖਿਲਾਫ ਲੜੀ ਨੂਰ ਸਾਹਿਬ ਨੇ ਮੇਰੇ ਖਿਲਾਫ ਲੜੀ ਸੀ ਫਿਰ ਵੀ ਇਹਦਾ ਜਾਨੀ ਜਿਹੜੀ ਸੀ ਕਿ ਆ ਚੋਕੜੀ ਸੀਗਾ ਕਿ ਨੂਰ ਸਾਹਿਬ ਕਿਉਂਕਿ ਜਿਹੜੀ ਪਹਿਲੀ ਚੋਣ ਸੀਗੀ ਜਦੋਂ ਮੈਂ ਪ੍ਰਧਾਨ ਬਣਿਆ ਉਦੋਂ ਨੂਰ ਸਾਹਿਬ ਮੇਰੇ ਨਾਲ ਸੀਗੇ ਜੀ ਨੂਰ ਸਾਹਿਬ ਮੈਨੂੰ ਚੋਣ ਲਾਉਣ ਵਾਲੇ ਸੀਗੇ ਓਕੇ ਅਮਰਜੀਤ ਗਰੇਵਾਲ ਹੋਰ ਸਾਰੇ ਦੋਸਤ ਚੋਣ ਲਾਉਣ ਵਾਲੇ ਸੀਗੇ ਤੇ ਪਰ ਦੂਜੀ ਜਦੋਂ ਇਹ ਦੂਜੀ ਚੋਣ ਬਿਲੇ ਤੱਕ ਕੁਝ ਹਾਲਾਤ ਬਦਲ ਗਏ ਸੈਤ ਅਕੈਡਮੀ ਦਿੱਲੀ ਵਿੱਚ ਚੋਣ ਹੋਣੀ ਸੀ ਉਹਦੇ ਵਿੱਚ ਮਹਾਸ਼ਵੀਤਾ ਦੇਵੀ ਤੇ ਗੋਪੀਚਨ ਨਾਰੰਗ ਦੇ ਵਿਚਕਾਰ ਜੋਨ ਸੀ ਉਹਦੇ ਨੂੰਰ ਸਾਹਿਬ ਨਾਰੰਗ ਉਹਦੇ ਨਾਲ ਸੀ ਅਸੀਂ ਆਪਣੀ ਮਹਾਸ਼ਵੀਤਾ ਦੇਵੀ ਦੇ ਨਾਲ ਸੀ ਜੀ ਤੇ ਉਥੇ ਦੀ ਪੋਲਿਟਿਕਸ ਦਾ ਇਹ ਮੇਲਾ ਦਾ ਵੀ ਏਸੀ ਕੇ ਨੂਰ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਪਾਤਨ ਅਗਲੀ ਵਾਰੀ ਪੱਤਰ ਦਿਖਲਾ ਮੈਂ ਚੋਣਾਂ ਬਾਅਦ ਚ ਲੱਗਾ ਨਹੀਂ ਐਵੇਂ ਇਹ ਖਾ ਖਾ ਚ ਕਿੱਧਰ ਲੈ ਲਿਆ ਫੈਸਲਾ ਇਹ ਉਹ ਦਿਨ ਸੀਗਾ ਫਿਰ ਮਤਲਬ ਇਦਾਂ ਸਾਡੀ ਇੱਕ ਜਾਨੀ ਮੇਰੀ ਤੇ ਨੂਰ ਸਾਹਿਬ ਦੀ ਫਿਰ ਇੱਕ ਜਉਣ ਤੋਂ ਪਹਿਲਾਂ ਸਾਡੇ ਬਹੁਤ ਪਿਆਰੇ ਦੋਸਤ ਜਗਦੇਵ ਸਿੰਘ ਜਿਹੜੇ ਹੁਣ ਕੈਨੇਡਾ ਜੀ ਉਹਨਾਂ ਦੇ ਘਰ ਸਾਰੇ ਇਕੱਠੇ ਗੁਰਦਾਰ ਸੰਧੂ ਅਮਰਜੀਤ ਗਰੇਵਾਲ ਕੁਝ ਹੋਰ ਦੋਸਤ ਪਈ ਪਾਤਰ ਤੇ ਨੂਰ ਸਾਹਿਬ ਦੀ ਨਾਲ ਇੱਕ ਮ ਮੁਲਾਕਾਤ ਕਰਾਓ ਤੇ ਉਥੇ ਜੋ ਫੈਸਲੇ ਕਰਨਗੇ ਆਪਸ ਗੱਲਬਾਤ ਕਰਕੇ ਤੇ ਸਰਜੀਤ ਪੋਜ਼ੀਰ ਸਾਡਾ ਸੀਗਾ ਉਸ ਲਈ ਉਹ ਗਵਾਹ ਵਾਂਗ ਸਾਨੂੰ ਸੁਣਨਾ ਸੀ ਉਹਨੇ ਪਿੱਕਾ ਕੀ ਪੱਖ ਕਿਹੜਾ ਪੱਖ ਠੀਕ ਹੈ ਫਿਰ ਸਾਡੀ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਹੈ ਨਾ ਤੇ ਉਹ ਇਦਾਂ ਸੀਗਾ ਕਿ ਜਿਹੜੇ ਜਿਹੜੇ ਲੋਕ ਨੂਰ ਸਾਹਿਬ ਦੇਦੋਂ ਨਾਲ ਸੀਗੇ ਉਹ ਸਾਰੇ ਕਦੀ ਸਾਡੇ ਸਾਰਿਆਂ ਦੇ ਖਿਲਾਫ ਹੁੰਦੇ ਸੀਗੇ ਤੇ ਮੈਨੂੰ ਲੱਗਿਆ ਮੈਂ ਕਿ ਤੁਸੀਂ ਜੇ ਨਾ ਜੇ ਨਾ ਤੇ ਸਵਾਰ ਹੋ ਕੇ ਜਾਂ ਤੁਸੀਂ ਇਦਾਂ ਮੇਰੇ ਆ ਖਿਲਾਫ ਲੜਨੇ ਆ ਕਿ ਉਹ ਬੰਦੇ ਤਾਂ ਹਮੇਸ਼ਾ ਕਦੀ ਤੋਂ ਆਪਣੇ ਨਾਲ ਰਹੇ ਸੋ ਉਹ ਫੇ ਕਿੰਦੇ ਤਰ੍ਹਾਂ ਮੈਂ ਜਾ ਕੇ ਸੋਚਦੇ ਆ ਤੇ ਸੋ ਇਹੀ ਸੀਗਾ ਕਿ ਯਾਨੀ ਸਾਡੇ ਵਿੱਚੋਂ ਕੋਈ ਇੱਕ ਬੰਦਾ ਵਾਪਸ ਲੈ ਲੈਂਦਾ ਨਾਮ ਵਾਪਸ ਲੈ ਲੈਂਦਾ ਪਰ ਉਦੋਂ ਇੱਕ ਤਾਂ ਲੋਕਾਂ ਦਾ ਇਹ ਸੀਗਾ ਕਿ ਵੀ ਇਹ ਪੰਜਾਬ ਦਾ ਬੰਦਾ ਹੈ ਹਨਾ ਤੇ ਨੂਰ ਸਾਹਿਬ ਦਿੱਲੀ ਤੋਂ ਆਏ ਆ ਹਨਾ ਤੇ ਉਹ ਯਾਨੀ ਆਲਟੀਮੇਟਲੀ ਇਹੀ ਹੋਇਆ ਕਿ ਅਖੀਰ ਔੜਕ ਇਦਾਂ ਹੀ ਫੈਸਲਾ ਹੋਇਆ ਕਿ ਚੋਣ ਲੜਨੀ ਚਾਹੀਦੀ ਹੈ ਕਿ ਉਹਦੇ ਯਾਨੀ ਦੋਸਤੀ ਤਾਂ ਸੜੀ ਬਾਝੇ ਰਹਿ ਵੀ ਆ ਬਹੁਤੀ ਯਾਨੀ ਉਹ ਇੱਕ ਵਕਤ ਇਦਾਂ ਦਾ ਆਇਆ ਲੇਕਿਨ ਅਸੀਂ ਦੋਸਤ ਰਹੇ ਆ ਅਖੀਰ ਤੱਕ ਪਰ ਉਹ ਇੱਕ ਸਮਝ ਲੋ ਮੇਰੇ ਖਿਆਲ ਮੁਤਾਬਕ ਉਹ ਇੱਕ ਇਦਾਂ ਦਾ ਮਸਲਾ ਸੀਗਾ ਜਿਹੜਾ ਕਿ ਸਿਧਾਂਤਕ ਜਾ ਸੀ ਠੀਕ ਕਿ ਜੇ ਰਵੇ ਚਲੋ ਇਹ ਵੀ ਗੱਲ ਸੀ ਕਿਉਂਕਿ ਉੱਥੇ ਜਿਵੇਂ ਹੁਣ ਜਦੋਂ ਉਹ ਮੰਨ ਗਿਆ ਵੀ ਤੁਹਾਨੂੰ ਅਸੀਂ ਬਣਾਉਣੇ ਆ ਪੰਜਾਬ ਵੀ ਜਿਹੜਾ ਐਡਵਾਈਜ਼ਰੀ ਬੋਰਡ ਦੇ ਕਮੀਨਰ ਹਨਾ ਪਰ ਤੁਸੀਂ ਇੱਧਰ ਆਓ ਪੀ ਜਿਹੜਾ ਨਾਰਿੰਗ ਤੇ ਮਾਛਤ ਦੇ ਵੀ ਦੇਵੀ ਦਾ ਮਸਲਾ ਸੀਗਾ ਸੋ ਉਹ ਚੀਜ਼ ਵੀ ਉੱਥੇ ਸ਼ਾਮਲ ਸੀ ਬੱਸ ਕਦੀ ਕਿਸੇ ਤੇ ਗੁੱਸਾ ਆਇਆ ਹੋਵੇ ਬਹੁਤ ਜ਼ਿਆਦਾ ਉਹਨੂੰ ਗੁੱਸੇ ਚ ਬੋਲੇ ਹੋਮੋਂ ਲੜੇ ਹੋਮੋਂ ਕਦੀ ਇਦਾਂ ਦਾ ਆਇਆ ਮੁਕ ਤੁਹਾਨੂੰ ਹਮੇਸ਼ਾ ਹੀ ਹਲੀਮੀ ਵਿੱਚ ਵਿਚਰਦੇ ਦੇਖਿਆ ਤੇ ਐ ਬਹੁਤ ਜ਼ਿਆਦਾ ਗੁੱਸੇ ਚ ਬੋਲੇ ਹੋਮੋਂ ਕਿਸੇ ਨਾਲ ਲੜੇ ਹੋਮੋਂ ਕਦੀ ਸ਼ਾਇਦ ਜਿੰਨ ਲੜਿਆ ਹੋਊ ਨੂੰ ਯਾਦ ਹੋਊਗਾ ਉਹ ਹਮ ਕਦੀ ਬਸ ਮੈਨੂੰ ਇਦਾਂ ਯਾਦ ਨਹੀਂ ਆ ਰਿਹਾ ਕਿ ਜੁਗਮਨ ਜੇ ਗੁੱਸਾ ਆ ਵੀ ਜਾਵੇ ਨਾ ਫਿਰ ਮੈਂ ਬਹੁਤ ਜਲਦੀ ਮਨੂੰ ਕਹਿੰਦਾ ਯਾਰ ਮੈਂ ਆ ਉਹਨੂੰ ਆ ਜਿਆਦਾ ਗੱਲ ਜ਼ਿਆਦਤੀ ਕਰ ਦਿੱਤੀ ਹੈ ਨਾ ਤੇ ਉਹ ਕੁਭਿ ਲੱਗਦਾ ਕਿ ਜਿਆਦਾ ਬਵਾਦ ਵਿਵਾਦ ਤੁਹਾਡੇ ਨਾਲ ਇਸ ਤਰ੍ਹਾਂ ਦੀ ਉੱਠਣ ਦਾ ਇੱਕ ਇਹ ਵੀ ਕਾਰਨ ਹੈ ਕਿ ਤੁਸੀਂ ਕਿਸੇ ਵੀ ਮਸਲੇ ਬਾਰੇ ਇੱਕਦਮ ਰਿਐਕਸ਼ਨਰੀ ਜਿਹਾ ਉਸ ਤਰ੍ਹਾਂ ਰਿਐਕਟ ਨਹੀਂ ਕਰਦੇ ਤੁਸੀਂ ਚੀਜ਼ਾਂ ਨੂੰ ਚੁੱਪ ਰਹਿ ਕੇ ਦੇਖਦੇ ਆ ਜਾਂ ਉਹ ਤੁਹਾਡੇ ਕਪਤਾ ਚ ਕੋਈ ਰੂਪ ਅਖਤਿਆਰ ਕਰ ਲੈਂਦੀਆਂ ਜਾਂ ਹੋਰ ਚੀਜ਼ਾਂ ਹੋ ਜਾਂਦੀਆਂ ਦੇਖੋ ਕਈ ਕਈ ਗੱਲੇ ਹੁੰਦੀਆਂ ਕਿ ਜਿਹੜੀਆਂ ਗੱਲਾਂ ਮੰਨ ਲਓ ਤੁਹਾਡੇ ਕੋਈ ਕਪਤਾ ਦੇ ਖਿਲਾਫ ਲਿਖਦਾ ਹਨ ਕਪਤਾਨ ਦੇ ਖਿਲਾਫ ਤੁਸੀਂ ਆਪਣੀ ਕਪਤਾਨ ਨੂੰ ਨਹੀਂ ਸਮਝੋ ਡਿਫੈਂਡ ਕਰ ਸਕਦੇ ਤੁਹਾਨੂੰ ਕੋਈ ਹੱਕ ਨਹੀਂ ਹੈ ਨਾ ਤੁਸੀਂ ਕਹੋ ਜਿਦਾਂ ਹਮਨੇ ਕਿਹਾ ਵੀ ਮੈਨੂੰ ਕਪਤਾਨ ਨਹੀਂ ਚੰਗੀ ਲੱਗੀ ਚ ਇਦਾਂ 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 ਤੁਸੀਂ ਕੋਈ ਨਹੀਂ ਇਹਦੇ ਸਿੱਧਾ ਉਹ ਉਹ ਲੜਾਈ ਹੋਣੀ ਚੰਗੀ ਲੱਗਦੀ ਨਾ ਉਹ ਕੋ ਗੱਲ ਨਹੀਂ ਬਣਦੀ ਕਿ ਉਹ ਲੜਾਈ ਕਰਦੀ ਤੇ ਪਰ ਕੀ ਬਰੀ ਜਦੋਂ ਕੋਈ ਮੰਨ ਲਓ ਕਿ ਤੱਥ ਤੇ ਆਧਾਰਿਤ ਗੱਲ ਹੋਵੇ ਉੱਤੀ ਲੜ ਸਕਦੇ ਆ ਹੈ ਨਾ ਕਿ ਵੀ ਤੁਸੀਂ ਫਲਾਣੇ ਵੇਲੇ ਇਦਾਂ ਕਿਹਾ ਜਾਂ ਉਹ ਮੈਂ ਕਹਿੰਦਾ ਮੈਂ ਇਦਾਂ ਕਦੀ ਨਹੀਂ ਕਿਹਾ ਹਨਾ ਸੋ ਇੱਕ ਵਾਰੀ ਜਿੱਦਾਂ ਹੁਣ ਬਹੁਤ ਉਹ ਮਾਮੂਲੀ ਗੱਲ ਸੀਗੀ ਪਰ ਉਹ ਇੱਕ ਬੰਦੇ ਨੇ ਮੇਰੀ ਯਾਨੀ ਉਹ ਗਜ਼ਲ ਦਾ ਇਦਾਂ ਕੋਈ ਸੀਗੀ ਅਸਾਂ ਤਾਂ ਡੁੱਬ ਕੇ ਸਦਾ ਖੂਨ ਵਿੱਚ ਲਿਖੀ ਗਜ਼ਲ ਉਹ ਹੋਰ ਹੋਣਗੇ ਤਾਂ ਉਹਨੇ ਬਣਾਤਾ ਵੀ ਵੀਦੀ ਬਹਿਰ ਗਲਤ ਹੈ ਅੱਛਾ ਤੇ ਫਿਰ ਮੈਂ ਉਹਨੂੰ ਉਦੋਂ ਮੈਨੂੰ ਤੋ ਇਦਾਂ ਆ ਗਿਆ ਮੈਂ ਕਹਿੰਦੇ ਕਿ ਵੀ ਉਹ ਬੰਦਾ ਅ ਉਹਨੇ ਜਰ ਕਿ ਉਹ ਕਿਤੇ ਕਿਸੇ ਮੈਗਜ਼ੀਨ ਚੋਂ ਪੜ੍ਹੀ ਹੋ 70 ਸ਼ਾਇਰ ਤੇ ਉਹਨੇ ਦਾ ਬਹਿਰ ਬਦਨ ਪਰਖਣ ਲੱਪਿਆ ਤੇ ਮੈਂ ਫਿਰ ਉਹਨਾਂ ਮੈਂ ਕਿਹਾ ਵੀ ਇਹ ਉਸ ਬਹਿਰ ਚ ਨਹੀਂ ਆ ਇਹ ਐਸ ਬਹਿਰ ਦੂਸਰੀ ਬਹਿਰ ਚ ਆ ਤੇ ਪਰ ਉਹਨ ਥੋੜੇ ਦੇ ਮੈਨ ਉਦੋਂ ਮੈਨ ਲੱਗਾ ਮੈਂ ਥੋੜਾ ਜਿਹਾ ਕੋੜਾ ਹੋਇਆ ਤੇ ਉਤੇ ਉੱਪਰ ਲਿਖਿਆ ਕਿ ਲਿਖਿਆ ਹੋਇਆ ਵੀ ਹਮ ਤਲਖੀਏ ਕਲਾਮ ਕੇ ਮਾਇਲ ਕਬੀ ਨਾ ਥੇ ਕਿ ਸਭ ਦੋਸਤਾ ਨੇ ਵੀ ਕਿਹਾ ਤੇ ਤੂੰ ਐਵੇਂ ਇਸ ਕੰਮ ਚ ਨਾ ਪਿਆ ਕਰ ਕਿ ਤੂੰ ਆਪਣੇ ਰਾਹੇ ਚਲਦਾ ਰਿਹਾ ਕਰ ਸੋ ਉਹਦੋਂ ਬੰਦਾ ਕੇ ਵਰੀ ਸਮਝ ਲੋ ਸੁਮਿਰੀ ਇਹੋ ਸੁਭਾ ਚ ਨਹੀਂ ਹੈਗਾ ਜੇ ਮੈਂ ਜਣੀ ਘਰ ਵੀ ਕਦੇ ਗੁੱਸੇ ਜਲਦੀ ਹੂੰ ਫੇ ਮੈ ਮਨਾਉਣ ਲੱਪੈਣਾ ਪੈਣੀ ਪੈਦਾ ਹੋ ਗਿਆ ਸੋ ਇਹ ਮੇਰੀ ਨੇਚਰਲੀ ਮੈਂ ਪਹਿਲਾਂ ਕਹਿਆ ਸੀ ਕਿ ਮੈਨੂੰ ਜਿਹੜੇ ਮੈਂ ਕਿਸੇ ਨੂੰ ਬੋਲ ਕਹੇ ਹੁੰਦੇ ਨਾ ਉਹ ਜ਼ਿਆਦਾ ਮੇਰੇ ਰੜਕਦੇ ਆ ਸੀਨੇ 'ਚ ਜਿਹੜੇ ਕਿਸੇ ਨੇ ਕਿਹਾ ਉਹ ਰੜਕ ਕੇ ਸਿੱਧੇ ਹਟ ਜਾਂਦੇ ਆ ਪਰ ਜਿਹੜੇ ਮੈਂ ਕਹੇ ਹੁੰਦੇ ਆ ਉਹ ਜਦ ਤੱਕ ਮੈਂ ਇਹ ਨਾ ਕਹਾਂ ਕਿ ਮੈਂ ਇਹਦਾ ਮੈਨੂੰ ਚੰਗਾ ਨਹੀਂ ਲੱਗਾ ਮੈਂ ਠੀਕ ਨਹੀਂ ਕੀਤਾ ਤਾਂ ਮੈਨੂੰ ਚਾਣਿਆ ਇੱਕ ਤਾਂ ਆਪਾਂ ਇਹ ਕਹਿੰਦੇ ਨੇ ਕਿ ਤੁਸੀਂ ਆਪਣੇ ਪ੍ਰਸ਼ੰਸਕਾਂ ਨੂੰ ਕੁਝ ਕਹਿਣਾ ਚਾਹੋਗੇ ਮੇਰਾ ਜੀ ਕਰਦਾ ਅੱਜ ਮੇਰਾ ਕਹਿਣ ਨੂੰ ਜੀ ਕਰਦਾ ਕਿ ਤੁਸੀਂ ਆਪਣੇ ਜਿਹੜੇ ਨਿੰਦਕਾਗੇ ਆ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਮੁਖਾਤਬ ਨਿੰਦਕ ਸਿਰੋ ਮੈਂ ਕਿੰਨਾ ਵੀ ਕੁਝ ਬੰਦਿਆਂ ਹੁੰਦੇ ਆ ਹੋ ਸਕਦਾ ਕਿ ਉਹਨਾਂ ਦੀ ਆਪਣੀਆਂ ਪਸੰਦ ਨਾ ਪਸੰਦ ਹੋਵੇ ਸੋ ਉਹਨਾਂ ਨੂੰ ਮੈਂ ਕੀ ਕਹਿ ਸਕਦਾ ਕਿ ਵੀ ਤੁਸੀਂ ਮੈਨੂੰ ਪਸੰਦ ਕਰੋ ਹਨਾ ਉਹਨਾਂ ਨੂੰ ਹਰ ਬੰਦੇ ਨੂੰ ਆਪਣੀ ਪਸੰਦ ਨੂੰ ਪਸੰਦ ਕਰਨ ਦਾ ਅਧਿਕਾਰ ਹੈ ਨਾ ਜੇ ਜੇ ਕਿਸੇ ਮੇਰੇ ਕਪਤਾਨ ਨਹੀਂ ਚੰਗੀ ਲੱਗਦੀ ਤਾਂ ਉਹ ਕਹਿਣ ਦਾ ਹੱਕ ਹੈ ਕਿ ਮੈਨੂੰ ਨਹੀਂ ਚੰਗੀ ਲੱਗਦੀ ਉਹ ਮੈਂ ਕੁਝ ਨਹੀਂ ਕਹਿ ਸਕਦਾ ਤੋ ਮੈਂ ਸਿਰਫ ਹੀ ਹੀ ਮਤਲਬ ਮੇਰੇ ਕੋਲ ਕੈਨਡਿਡੇ ਆਪਣੇ ਆਪ ਨਹੀਂ ਹੁੰਦਾ ਕਿ ਮੈਂ ਜਿੱਦਾਂ ਹੁਣ ਇੱਕ ਬੰਦੇ ਨੇ ਮੈਨੂੰ ਇਹ ਵੀ ਕਿਹਾ ਵੀ ਤੂੰ ਇੱਕ ਮੇਰਾ ਸ਼ੇਰ ਸੀਗਾ ਕਿ ਹਰ ਵਾਰੀ ਹਰ ਵਾਰੀ ਮੇਲਾ ਜਾਣ ਕੇ ਤੂੰ ਆਪਣਾ ਹੀ ਚਿਹਰਾ ਨੋਚ ਲਿਆ ਸ਼ੀਸ਼ੇ ਵੀ ਮੈਲੇ ਹੁੰਦੇ ਨੇ ਪਾਣੀ ਵੀ ਗੰਦਲੇ ਹੁੰਦੇ ਨੇ ਕਿਦਰੂ ਹੀ ਨੇ ਕਿ ਸੋ ਇਸ ਵਿੱਚ ਤਾਂ ਇਸ ਪੱਲੇ ਤੇ ਮੈਂ ਆਪਣੇ ਆਪ ਨੂੰ ਕਹਿਣਾ ਹੁੰਦਾ ਵੀ ਇਹ ਸਾਰੇ ਕੁਝ ਨੂੰ ਮੈਂ ਕਿੱਦਾਂ ਲੈਣਾ ਹੈ ਨਾ ਇਹਦੇ ਵਿੱਚੋਂ ਜੋ ਮੈਨੂੰ ਲੱਗਦਾ ਕਿ ਮੇਰੇ ਮੇਰੇ ਕੰਮ ਦਾ ਉਹਨੂੰ ਮੈਂ ਲੈ ਲੈਣਾ ਜੋ ਨਹੀਂ ਕੰਮ ਦਾ ਉਹ ਮੈਂ ਕਹਿੰਦਾ ਚਲੋ ਉਹਨੂੰ ਮੈਂ ਸਹਿ ਲੈਣਾ ਹੈ ਨਾ ਅੱਜ ਦੀ ਗੱਲਬਾਤ ਨੂੰ ਸਮਿਲਣ ਤੋਂ ਪਹਿਲਾਂ ਮੈਂ ਚਾਹੂਗਾ ਕਿ ਉਹ ਇੱਕ ਸ਼ੇਰ ਜਿਹੜਾ ਤੁਸੀਂ ਜਦੋਂ ਪਦਮਸ਼੍ਰੀ ਮਿਲਿਆ ਸੀ ਉਸ ਤੋਂ ਬਾਅਦ ਇੱਕ ਸ਼ੇਰ ਲਿਖਿਆ ਸੀ ਉਹ ਸਾਡੇ ਦਰਸ਼ਕਾਂ ਨਾਲ ਹਾਂ ਉਹ ਏਦਾਂ ਸੀ ਕਿ ਕਿਹਾ ਕਿ ਅੰਬੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ ਪਦਮਸ਼੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ ਕੀ ਬਾਤ ਬਹੁਤ ਬਾਕੀ ਇਹ ਕਿ ਜ਼ਿੰਦਗੀ ਜਿਹੜੀ ਜਿਉਂ ਤੁਸੀਂ ਪਬਲਿਕ ਲਾਈਫ ਜਿਉਂ ਹੈ ਨਾ ਤੇ ਉਹ ਤੁਹਾਨੂੰ ਸਭ ਕੁਝ ਸੁਣਨ ਸਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ ਨਾ ਔਰ ਹਮੇਸ਼ਾ ਆਪਣੇ ਆਪ ਨੂੰ ਹੀ ਵੱਡੇ ਨਾ ਕਹੋ ਜੇ ਸੁਣਾਗੇ ਸਹਾਗੇ ਤਾਂ ਅੱਗੇ ਤੁਰਾਂਗੇ ਹੈ ਨਾ ਕਿ ਅਸੀਂ ਬਹੁਤ ਕੁਝ ਉਹਦੇ ਵਿੱਚੋਂ ਲੈ ਨਹੀਂ ਵੀ ਤੁਹਾਡੀ ਤੁਹਾਡੀ ਸ਼ਖਸੀਅਤ ਦੇ ਨਾਲ तो शखसीयत निखरती भी आ इस गल कि तुम उस सारे खुश सुन सको है ना और सच तो झूठ सा नितारा कर सको बहुत, बहुत 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 शुक्रिया पात्र साहब तुम समाज तो चंकी सेहत लुभकामनाव बहुत बहुत फिर किस वेले सब बनेगा बैठा खुशी राह शुक्रिया